ਹਾਂਜੀ ਸਵਾਗਤ ਹੈ ਜੀ ਤੁਹਾਡਾ। ਆਪਾਂ ਮਾਫ ਕਰਨਾ ਜੀ, ਕਵਿਤਾ ਆਪਾਂ ਦੂਜੀ ਬ੍ਰੇਕ ਸੁਣਨੀ ਸੀ ਪਰ ਉਹ ਸ਼ੁਰੂ ਹੋ ਗਈ, ਪਰ ਕੋਈ ਨਹੀਂ, ਆਪਾਂ ਇਹਨੂੰ ਥੋੜਾ ਪਿੱਛੇ ਨੂੰ ਕਰਕੇ ਦੁਬਾਰਾ ਲਾ ਲਾਂਗੇ। ਤੇ ਆਪਣੀ ਮਿੰਟ ਸਾਡੇ ਕੋਲ 25 ਹੈਗੇ ਆ ਜੀ, 25 ਦੇ ਵਿੱਚੋਂ ਆਪਾਂ 20 ਕ ਵਰਤ ਲਵਾਂਗੇ ਤੇ 5 ਬ੍ਰੇਕ ਲਈ ਰੱਖ ਲਵਾਂਗੇ। ਠੀਕ ਹੈ, ਸਾਡੇ ਨਾਲ ਸਰੋਤੇ ਹੋ ਗਿਆ ਜੀ, ਇੱਕ ਸਵਾਗਤ ਹੈ ਜੀ ਤੁਹਾਡਾ। ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡਾ ਤੇ ਆ ਭਾਈ ਸਾਹਿਬ ਦੀ ਕਵਿਤਾ ਸੁਣਨੇ ਨੂੰ ਦਿਲ ਕਰਦਾ ਸੀ ਉਦੋਂ ਤਾਂ। ਹਾਂ ਨਹੀਂ, ਦੂਜੀ ਬ੍ਰੇਕ ਸੁਣਾ ਦਿੰਦੇ ਹਾਂ ਜੀ ਆਪਾਂ, ਕੋਈ ਨਹੀਂ ਰਲ ਮਿਲ ਕੇ ਇਦਾਂ ਹੀ ਆ। ਹਾਂਜੀ ਚਲੋ ਵਧੀਆ। ਤੇ ਮੈਂ ਬਸ ਥੋੜੇ ਮਿੰਟ ਲੈਣੇ ਆ, ਗੱਲਾਂ ਦੋ ਕਰਨੀਆਂ ਤੁਹਾਡੇ ਨਾਲ। ਤੇ ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਜਦੋਂ ਆ ਗੁਰੂ ਵਾਲੀ ਗੱਲ ਹੋਈ ਸੀਗੀ। ਹਾਂਜੀ। ਤੇ ਯਾਦ ਜਦੋਂ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਗੱਲ ਕਹੇ, ਸਤਿਕਾਰ ਨੀ ਕਰਦੇ, ਪਿਆਰ ਨੀ ਕਰਦੇ, ਗੁਰੂ ਨੂੰ ਗੁਰੂ ਹੀ ਨੀ ਮੰਨਦੇ, ਹਾਂਜੀ, ਤੁਹਾਡੇ ਬਾਰੇ ਕਿਹਾ ਨਾ, ਇਹ ਸਭ ਤੋਂ ਗੱਲ ਕਿਹਨੇ ਚੱਕੀ ਸੀ ਜ਼ਿਆਦਾ? ਚਾਪਲੂਸਾਂ ਜਾਂ ਜਿਹੜੇ ਇਹ ਧੁੰਦੇ ਪੰਥ ਪ੍ਰੀਤ ਹੋਣਾ ਦੇ ਜਾਂ, ਹਾਂ ਉਹਨਾਂ ਦੇ ਚਾਪਲੂਸਾਂ ਨੇ ਗੱਲ ਚੱਕੀ ਸੀਗੀ। ਆ 12 ਕੁ ਘੰਟੇ ਦਾ ਪਹਿਲਾਂ ਨਾ ਬਲਰਾਜ ਸਿੰਘ ਸਪੋਕਨ ਦਾ ਇੱਕ ਲਿਖੀ ਹੋਇਆ ਪੋਸਟ ਛੋਟੀ ਜਿਹੀ, ਉਹ ਮੈਂ ਪੜ੍ਹ ਕੇ ਸੁਣਾਉਣੀ ਆ। ਠੀਕ ਹੈ ਜੀ। ਉਹ ਕਹਿਣ ਲਿਖਦਾ ਕਿ ਸਿੱਖ ਸਮਾਜ ਜਦ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ, ਹਾਂਜੀ, ਅਤੇ ਸਤਿਕਾਰ, ਅਜੇ ਧਿਆਨ ਰੱਖਣਾ, ਪੂਜਾ ਅਤੇ ਸਤਿਕਾਰ ਵਿੱਚੋਂ ਬਾਹਰ ਨਹੀਂ ਨਿਕਲਦਾ, ਤੱਕ ਸਿੱਖਾਂ ਦਾ ਧਾਰਮਿਕ ਤੌਰ ਤੇ ਆਤਮਕ ਵਿਕਾਸ ਨਹੀਂ ਹੋ ਸਕਦਾ। ਵਾਹ ਵਾਹ, ਬੱਲੇ ਬਲਰਾਜ ਤਰੱਕੀ ਕਰ ਗਿਆ, ਬਲਰਾਜ ਤਾਂ ਵਹੀ ਸੀ। ਅੱਗੇ ਸੁਣੋ, ਕਹਿੰਦਾ ਕਿਉਂਕਿ ਪੂਜਾ ਵਿੱਚੋਂ ਸਤਿਕਾਰ ਪੈਦਾ ਹੁੰਦਾ ਅਤੇ ਸਤਿਕਾਰ ਵਿੱਚੋਂ ਪੂਜਾ ਉਤਪੰਨ ਹੁੰਦੀ ਹੈ। ਇਹਨੂੰ ਸਮਝ ਕੱਖ ਨੀ ਹੋਣੀ ਇਸ ਗੱਲ ਦੀ ਜਿਹੜੀ ਲਿਖ ਦਿੱਤੀ ਹੈ। ਗੱਲ ਤਾਂ ਇਹ ਹੈ ਭਈ ਹੁਣ ਇਹਨੂੰ ਪੁੱਛਣਾ ਜਾਣੇ ਆ ਭਈ ਹੁਣ ਅਸੀਂ ਸਤਿਕਾਰ ਰੁਮਾਲੇ ਲਾ ਦਈਏ ਗੁਰੂ ਗ੍ਰੰਥ ਸਾਹਿਬ ਤੋਂ? ਆਹੋ ਚੋਰ, ਇਹੀ ਬਣਦਾ ਨਾ ਸਤਿਕਾਰ, ਤਾਂ ਇਹੀ ਸਤਿਕਾਰ ਦਾ ਮਤਲਬ ਕੀ ਹੋਇਆ? ਆਹੋ, ਨਹੀਂ ਫੇਰ ਤਾਂ ਠੀਕ ਹੈ, ਫਿਰ 5 ਸਿੰਘ ਨਾ ਜਾਇਆ ਕਰਨ, 2 ਵੀ ਲੈ ਜਾਇਆ ਕਰਨ ਸਰੂਪ ਨੂੰ। ਹਾਂ 2 ਵੀ ਲੈ, ਫਿਰ ਜਿੱਥੇ ਮਰਜ਼ੀ ਚੱਕੀ, ਜਦੋਂ ਤਾਂ ਤੁਸੀਂ ਕਹਿੰਦੇ ਆ ਮਤਲਬ ਹੈ ਨਾ, ਉਦੋਂ ਤਾਂ ਤੁਸੀਂ ਗੁਰੂ ਸਾਹਿਬ ਨੂੰ ਇੱਕ ਆਮ ਜਿਹੜੀ ਗੱਲ ਕਹਿਣਾ, ਉਹ ਵੀ ਗੁਰੂ ਦੇ ਸਤਿਕਾਰ ਚ ਜਾਂਦੀ ਸੀਗੀ। ਦੇਖੋ ਹੁਣ ਮੈਂ ਗੱਲ ਕਰਦਾ, ਜਿਹੜੀ ਨਾ ਇਹ ਕਹਿੰਦਾ ਵੀ ਸਤਿਕਾਰ ਚੋਂ ਪੂਜਾ ਉਤਪੰਨ ਹੁੰਦੀ ਹੈ, ਕਿੰਨੀ ਬੇਵਕੂਫਾਂ ਵਾਲੀ ਗੱਲ ਹੈ, ਏਦਾਂ ਹੈ ਨੀ ਗੀ। ਜਦ ਕਿ ਜਿਹੜੀ ਪੂਜਾ ਹੈ ਨਾ, ਉਹ ਡਰ ਤੇ ਲਾਲਚ ਚ ਉਪਜਦੀ ਹੈ। ਜਿਹੜੀ ਪੂਜਾ ਹੈ ਨਾ, ਡਰ ਤੇ ਲਾਲਚ, ਜਿਹੜਾ ਸਤਿਕਾਰ ਆ, ਪੂਜਾ ਜਿਹੜੀ ਆ ਤੁਸੀਂ ਪੱਥਰਾਂ ਦੀ ਵੀ ਕਰ ਸਕਦੇ ਆ, ਪੂਜਾ ਤੁਸੀਂ ਸੱਪਾਂ ਦੀ ਵੀ ਕਰ ਸਕਦੇ ਆ, ਪੂਜਾ ਹੁੰਦੀ ਹੈ ਦੇਵਤਿਆਂ ਦੀ ਹੁੰਦੀ ਹੈ, ਪੂਜਾ ਦਰਖਤਾਂ ਦੀ ਹੁੰਦੀ, ਜਿਹਦੀ ਡਰ ਚੋਂ ਲਾਲ ਕੱਪੜਿਆਂ ਦੀ ਪੂਜਾ ਕਰੀ ਜਾਂਦੇ ਲੋਕ, ਕੋਈ ਸ਼ੱਕ ਨਹੀਂ, ਲੇਅਰ ਦੀ ਪੂਜਾ ਕਰੀ ਜਾਂਦੇ। ਪਰ ਜਿਹੜਾ ਸਤਿਕਾਰ ਹੈ ਨਾ, ਉਹ ਗਿਆਨਵਾਨ ਮਨੁੱਖ ਦਾ ਹੁੰਦਾ ਹੈ। ਇਹ ਕਿੱਦਾਂ ਰਲਾਈ ਜਾਂਦਾ ਇਹ ਨਾਲ ਗੱਲਾਂ? ਨਾ ਨਾ, ਇੰਨੀ ਮੈਂ ਕਹਿੰਦਾ ਬਲਰਾਜ ਆ ਯਾਰ ਇਹ ਬੰਦੇ, ਇਹਨਾਂ ਦਾ ਕਿਹੜੇ ਤਾਂ ਫੁੱਟਬਾਲ ਆ, ਗੋਲ ਗੋਲ ਆ, ਇਹਨਾਂ ਦਾ ਕੋਈ ਸਿਰਾ ਥੋੜਾ ਥੱਲਾ, ਫੁੱਟਬਾਲ ਦਾ ਥੱਲਾ ਹੁੰਦਾ ਕਦੇ? ਮੈਂ ਕਹਿੰਦਾ ਭਾਜੀ ਕੋਈ ਪ੍ਰਚਾਰਕ ਛੱਡਿਆ ਨੀ ਹੋਣਾ ਜਿਹਦੇ ਨਾਲ ਫੋਟੋ ਨੀ ਖਿਚਾਈ ਹੋਣੀ ਇਹ ਬੰਦੇ ਨੇ। ਨਾ ਨਾ, ਮੈਂ ਤਾਂ ਹੀ ਕਹਿੰਦਾ ਬਈ ਕੋਈ ਬੰਦਾ ਕਹੇ ਵੀ ਫੁੱਟਬਾਲ ਇੱਥੋਂ ਸ਼ੁਰੂ ਹੁੰਦਾ ਸਿਰਾ ਆ ਇਹ, ਤੇ ਫੁੱਟਬਾਲ ਦਾ ਆ ਥੱਲਾ ਆ, ਕੁਛ ਨੀ ਹੁੰਦਾ, ਏਦਾਂ ਗੋਲ ਗੋਲ ਹੁੰਦਾ, ਸਾਰੇ ਬਸ ਇੱਕੋ ਜਿਹਾ ਹੀ ਆ, ਤਾਂ ਹੀ ਤਾਂ ਰੁੜਿਆ ਰਹਿੰਦਾ ਉਹ। ਇੱਕ ਤਾਂ ਕਾਰਨ ਕਹਿੰਦਾ ਗੱਲ ਕੀ ਆ, ਬੈਲੈਂਸ ਦੇ ਵਿੱਚ ਨੀ ਹੋ ਰਹੇ ਨਾ। ਜਿੱਥੇ ਭਾਈ ਰਣਜੀਤ ਸਿੰਘ ਖੜ ਗਿਆ, ਉਹ ਉੱਥੇ ਖੜਦੇ ਤਾਂ ਮਰਦੇ ਆ, ਉੱਥੇ ਖੜ ਨੀ ਹੋਣਾ ਇਹਨਾਂ ਤੇ, ਆਲੇ ਦੁਆਲੇ ਕਦੇ ਉੱਧਰ ਨੂੰ ਡਟਕ ਜਾਂਦੇ ਆ, ਜਦੋਂ ਫਿਰ ਦੂਏ ਇੱਕਦਮ ਪਤਾ ਲੱਗਦਾ ਯਾਰ ਅਸੀਂ ਪਿੱਛੇ ਦਵਾ ਸਾਡ ਚਰੱਪਾ ਮਾਰ ਕੇ ਮੋਹਰੇ ਪਾਸੇ ਲੜਕ ਜਾਂਦੇ, ਗੱਬੇ ਖੜ ਨੀ ਹੁੰਦਾ। ਇੰਦਰ ਸਿੰਘ ਘੱਗਾ ਜੀ ਦੀਆਂ ਮਹੀਨੇ ਦੇ ਵਿੱਚ ਦੋ
ਵੀਡੀਓ ਆਈਆਂ ਜਿੱਦਾਂ, ਹਾਂਜੀ, ਇੱਕ ਆਤਮਾ ਕੀ ਹੈ ਬਾਰੇ ਬੋਲਿਆ ਤੇ ਇੱਕ ਰੱਬ ਬਾਰੇ, ਧਰਮਰਾਜ ਦਾ ਕਿਸੇ ਨੇ ਸਵਾਲ ਪੁੱਛਿਆ ਹੈ ਨਾ। ਪਹਿਲੀ ਚ ਵੀ ਗੱਲਾਂ ਉਹੀ ਕੀਤੀਆਂ ਪਰ ਗੱਲ ਕਲੀਅਰ ਨੀ ਕਹਿ ਸਕਿਆ ਕਿ ਕੁਦਰਤ ਹੀ ਪਰਮਾਤਮਾ ਦਾ ਰੂਪ ਆ, ਕੁਦਰਤ ਰੱਬ ਇੱਕੋ ਹੀ ਆ, ਆਪਾਂ ਇਹਦੇ ਵਿੱਚ ਜੀਣੇ ਆ, ਇਹਦੇ ਵਿੱਚ ਜੀਣਾ। ਉਹ ਉੱਥੇ ਤਾਂ ਕਹਿ ਗਿਆ ਵੀ ਰੱਬ ਜਿਹੜੇ ਜਿਹਦੇ ਬਾਰੇ ਪਤਾ ਨੀ ਕਿੱਥੇ ਰਹਿੰਦਾ, ਜਿਹਦੇ ਬਾਰੇ ਅਸੀਂ ਜਾਣਦੇ ਨੀ, ਉਹਦੀ ਗੱਲ ਕੀ ਕਰਨੀ ਆ। ਹੁਣ ਜਿਹੜੀ ਆਈ ਆ, ਹੁਣ ਕਹਿ ਗਿਆ ਵੀ ਰੱਬ ਰੱਬ ਤਾਂ ਇੱਕ ਡਰ ਦੇਣ ਲਈ, ਜਿਹੜਾ ਉਹ ਅਗਲੇ ਪਿਛਲੇ ਜਨਮ ਇਹ ਡਰ ਦੇਣ ਲਈ ਗੱਲ ਕੀਤੀ, ਰੱਬ ਨਾਲ ਦੀ ਕੋਈ ਚੀਜ਼ ਹੈ। ਗੱਲਾਂ ਦੋਏ ਬੈਲੈਂਸ ਵਿੱਚ, ਮਤਲਬ ਕਾਰਨ ਇਹ ਹੈ ਵੀ ਭਾਈ ਰਣਜੀਤ ਸਿੰਘ ਦੇ ਨਾਲ ਗੱਲ ਰਲ ਨਾ ਜਾਵੇ ਕਿਤੇ, ਉਹ ਕ੍ਰੈਡਿਟ ਨਾ ਲੈ ਜਾਵੇ, ਕਿਉਂਕਿ ਹੁਣ ਇਹਨਾਂ ਜੇ ਤੁਸੀਂ ਇੱਕ ਵਾਰੀ ਨਾ ਭਾਜੀ ਦੋ ਸਾਲ ਜਦੋਂ ਕੋਈ ਸ਼ੁਰੂ ਹੋਈ ਗੱਲ, ਤੁਸੀਂ ਮੈਨੂੰ ਬੜੀ ਤੁਹਾਡੀ ਗੱਲ ਯਾਦ ਹੈ, ਤੁਸੀਂ ਕਹਿੰਦੇ ਕਿ ਇਹ ਪਛੜ ਗਏ ਆ ਤੇ ਹੁਣ ਫੇਰ ਇਹਨਾਂ ਨੂੰ ਪਿਛਲਾ ਕਹਾਉਣਾ ਪੈਣਾ, ਹੁਣ ਉਹੀ ਗੱਲ ਹੋਣੀ ਇਹਨਾਂ ਦੀ। ਆਹੋ ਹੁਣ ਜਾਣੀ ਇੱਦਾਂ ਪੇ ਉਹ ਗੱਲ ਨੂੰ ਰਿਪੀਟ ਵੀ ਨੀ ਕਰਨਾ ਚਾਹੁੰਦੇ, ਨਕਲ ਵੀ ਨੀ ਮਾਰਨੀ ਚਾਹੁੰਦੇ, ਤੇ ਚੁੱਪ ਰਿਹਾ ਵੀ ਇਹਨਾਂ ਦਾ ਸਰਦਾ ਨੀ ਇਹਨਾਂ ਨੂੰ ਲੱਗਦਾ, ਨਹੀਂ ਹੁਣ ਤਾਂ ਅਸੀਂ ਦੇਖੋ ਮੋਹਰੇ ਮੋਹਰੇ ਗੱਲ ਕਰਕੇ, ਮੋਹਰੇ ਮੋਹਰੇ ਹੁਣ ਕੁਛ ਹੈ ਨੀ ਗਾ, ਉਹ ਤੇ ਮੋਹਰੇ ਹੁਣ ਕੁਦਰਤ ਨੂੰ ਰੱਬ ਮੰਨ ਲਿਆ, ਇਹਨੂੰ ਤੁਸੀਂ ਇਹਨੂੰ ਰੱਦ ਨਹੀਂ ਕਰ ਸਕਦੇ। ਦੁਨੀਆਂ ਦਾ ਕੋਈ ਵੀ ਬੰਦਾ ਜੇ ਰੱਬ ਨੂੰ ਰੱਦ ਨਹੀਂ ਕਰ ਸਕਦਾ, ਕਿਉਂਕਿ ਰੱਬ ਨੂੰ ਰੱਦ ਕਰਨ ਦਾ ਮਤਲਬ ਹੈ ਤੁਸੀਂ ਸਭ ਤੋਂ ਵੱਡੀ ਗਵਾਹੀ ਤਾਂ ਮਨੁੱਖ ਆਪਣੇ ਆਪ ਨੂੰ ਰੱਦ ਕਰਦੇ ਹੋ। ਸਹੀ ਗੱਲ ਆ, ਰੱਬ ਨੂੰ ਰੱਦ ਨਹੀਂ, ਹੁਣ ਰੱਦ ਕਰਕੇ ਵੀ ਨੀ ਸਰਨਾ, ਹੁਣ ਪਿੱਛੇ ਡਿੱਗਦੇ ਤਾਂ ਟਖਾਲੀਆ ਦੇ ਵਿੱਚ ਜਾਂਦੇ ਆ, ਮੋਹਰੇ ਜਾ ਕੇ ਨਾਸਤਕਦਾ ਹੈ। ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨੀ, ਉਹ ਤਾਂ ਕਲੀਅਰ ਆ ਸਾਰਾ ਕੁਛ। ਬਸ ਇਹਨਾਂ ਦਾ ਦਿਮਾਗ ਹੈ, ਇੰਨਾ ਕੁ ਦਿਮਾਗ ਕੰਮ ਕਰਦਾ। ਇੱਕ ਦੋ ਗੱਲਾਂ ਹੋਰ ਭਾਜੀ ਮੈਂ ਕਰਨੀਆਂ ਸੀਗੀਆਂ। ਹਾਂਜੀ ਹਾਂਜੀ, ਕਰੋ ਕਰੋ। ਉਹ ਗੱਲ ਇੱਦਾਂ ਵੀ ਕਈ ਵਾਰ ਤੁਹਾਡੇ ਇੱਥੇ ਨਾ ਅੱਜ ਕੱਲ ਡੈਮੋਕ੍ਰੇਸੀ ਦੇ ਉੱਤੇ ਗੱਲ ਬਹੁਤ ਚੱਲਦੀ ਹੈ ਤੁਹਾਡੇ ਰੇਡੀਓ ਤੇ। ਹਾਂਜੀ, ਤੇ ਹਰੇ ਕੋਈ ਕੋਈ ਨਾ ਕੋਈ ਕਾਲ ਕਰਕੇ ਡੈਮੋਕ੍ਰੇਸੀ ਲੈ ਕੇ ਆ ਹੀ ਜਾਂਦਾ ਹੈ ਨਾ, ਉਹਦਾ ਦੱਸਣ ਆ ਜਾਂਦਾ ਵੀ ਏਦਾਂ ਨੀ, ਉੱਥੇ ਸੜਨਾ ਧੱਕਾ ਹੁੰਦਾ, ਆਹ ਹੁੰਦਾ, ਉੱਥੇ ਇਹ ਹੁੰਦਾ ਹੈ ਨਾ। ਕੋਈ ਸ਼ੱਕ ਨਹੀਂ ਕਿ ਦਿੱਲੀ ਦੇ ਵਿੱਚ ਦੰਗੇ ਹੋਏ, ਬਹੁਤ ਧੱਕੇ ਹੋਏ, ਉਹਨੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ, ਬਹੁਤ ਬੰਦੇ ਅੰਦਰ ਵੀ ਆ ਹਜੇ, ਉਮਰਾਂ ਕਿੱਦਾਂ ਵੀ ਹੋਈਆਂ, ਕਿਸੇ ਨੂੰ ਫਾਂਸੀ ਨਹੀਂ ਹੋਈ, ਕਈ ਫੜੇ ਵੀ ਨੀ, ਕੋਈ ਸ਼ੱਕ ਨੀ ਇਹਦੇ ਵਿੱਚ। ਪਰ ਵਸਣ ਸਿੰਘ ਜਫਰਵਾਲ ਦੇ ਉੱਤੇ 100 ਜ਼ਿੰਮੇਵਾਰੀ ਲਈ ਉਹ ਕਤਲ ਦੀ ਉਹਨੇ, ਉਹ ਕਿੱਦਾਂ ਜਿਉਂਦਾ ਫਿਰਦਾ ਅੱਜ? ਆਹੋ ਬਸ, ਉਹ ਕੋਈ ਸਵਾਲ ਹੀ ਨਹੀਂ ਹੋ ਰਿਹਾ। ਸਵਾਲ ਤੁਸੀਂ ਦੇਖੋ ਵੀ ਉਹਦੀਆਂ ਖੁਦ ਅੱਜ ਦੀਆਂ ਜੀਤ ਅਖਬਾਰਾਂ ਉਹਦੀਆਂ ਪੁਰਾਣੀਆਂ ਭਰੀਆਂ ਪਈਆਂ ਹੋਣੀਆਂ, ਹਰ ਕਤਲ ਦੀ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਵਸਣ ਸਿੰਘ ਜਫਰਵਾਲ ਦੀ, ਤੇ ਫਿਰ ਉਹ ਕਿੱਦਾਂ ਖੁੱਲਾ ਫਿਰਦਾ ਹੈ? ਉੱਥੇ ਕਾਨੂੰਨ ਤੁਸੀਂ ਮੰਨੋਗੇ, ਕਾਨੂੰਨ ਭਾਵੇਂ ਗਲਤ ਹੈ ਭਾਵੇਂ ਸਹੀ, ਕੰਮ ਇੱਕੋ ਜਿਹਾ ਕਰ ਰਿਹਾ। ਨਹੀਂ, ਨਾਲੇ ਇੱਕ ਚੀਜ਼ ਹੋਰ ਮੈਨੂੰ ਨਾ ਆਪਣੇ ਬੰਦਿਆਂ ਦੀ ਬਹੁਤ ਬੇਹੂਦਾ ਜੇ ਲੱਗ ਰਹੀ ਆ, ਜਦੋਂ ਤਾਂ ਆਪ ਗੁੱਸਾ ਕਰਦੇ ਆ, ਹਾਂਜੀ, ਉਦੋਂ ਤਾਂ ਗੁੱਸਾ ਕਰਦੇ ਆ ਐਨ ਜਾਣੀ ਅਵਾਰਾ ਹੋ ਕੇ, ਹਾਂਜੀ, ਤੇ ਜਦੋਂ ਉਹਦਾ ਰਿਐਕਸ਼ਨ ਹੁੰਦਾ ਆ ਫਿਰ ਕਹਿੰਦੇ ਆ ਇਹ ਡੈਮੋਕ੍ਰੇਸੀ ਨੀ ਲਾਗੂ ਕਰਦੇ। ਫਿਰ ਅਸੀਂ ਗੁੱਸਾ ਕਰਨਾ, ਅਸੀਂ ਹਥਿਆਰ ਰੱਖਣੇ ਆ, ਹੁਣ ਜੇ ਸਾਤੋਂ ਹਥਿਆਰ ਖੋਣ ਆਏ ਆ ਉਹ ਤੇ ਡੈਮੋਕ੍ਰੇਸੀ ਨੀ ਲਾਗੂ ਕਰਦੇ, ਹਨਾ। ਹੁਣ ਸਾਨੂੰ ਗੁੱਸਾ ਆਇਆ, ਅਸੀਂ ਦੇਸ਼ ਦੀ ਪ੍ਰਧਾਨ ਮੰਤਰੀ ਮਾਰਨੀ ਆ, ਉਹਨੇ ਰਿਐਕਸ਼ਨ ਕੀਤਾ ਤੇ ਉਹ ਡੈਮੋਕ੍ਰੇਸੀ ਲਾਗੂ ਕਰਨ, ਵੀ ਇੱਕ ਅਸੀਂ ਮਾਰਿਆ ਇੱਕ ਉਹ ਮਾਰ ਦਿੰਦੇ ਸਾਡਾ, ਬਸ ਇੱਦਾਂ ਕਹਿੰਦੇ ਆ। ਜਿੱਦਾਂ ਉਹ ਤੁਹਾਡੇ ਕੱਲ ਪਰਸੋਂ ਜਿਹੜਾ ਆਇਆ ਸੀਗਾ, ਜਦੋਂ ਉਦਾਹਰਣ ਸੀ ਸੱਪ ਦੀ ਜਾਂ ਸ਼ੇਰ ਦੀ, ਉਹਨੂੰ ਸਮਝ ਨੀ ਲੱਗ ਰਹੀ ਸੀ, ਸਮਝਣਾ ਚਾਹੁੰਦੇ ਵੀ ਨੀ, ਉਹ ਸਮਝਣਾ ਚਾਹੁੰਦੇ ਨੀ। ਹਾਂ ਵੀ ਇੱਕ ਮਾਰਿਆ ਵੀ ਅਸੀਂ ਇਹ ਕਹਿੰਦੇ ਵੀ ਅਸੀਂ ਇੱਕ ਸਟੇਨ ਗਨ ਰੱਖ ਲਈਏ ਬਿਨਾਂ ਲਾਇਸੈਂਸ ਤੋਂ, ਉਹ ਵੀ ਇੱਕੋ ਹੀ ਰੱਖਣ, ਤੇ ਬਾਕੀ ਸਾਰੇ ਡੈਮੋਕ੍ਰੇਸੀ ਚੱਲੇ, ਹਨਾ। ਮਤਲਬ ਤੁਸੀਂ ਕੀ ਕਰਨਾ, ਕੀ ਸਾਬਤ ਕੀ ਕਰਨਾ ਚਾਹੁੰਦੇ ਆ? ਨਹੀਂ ਨਹੀਂ ਉਹਨਾਂ ਨੂੰ ਮੈਂ ਕਹਿੰਦਾ ਖੁਦ ਵੀ ਨੀ ਸ਼ਾਇਦ ਉਹਨਾਂ ਨੂੰ ਪਤਾ ਯਾਰ,
ਡੈਮੋਕਰੇਸੀ ਦਾ ਤੁਸੀਂ ਦੇਖ ਹੀ ਲਿਆ ਇੱਥੇ ਅਮਰੀਕਾ ਦੇ ਵਿੱਚ, ਦੇਖ ਹੀ ਲਿਆ ਨਜ਼ਾਰਾ ਡੈਮੋਕਰੇਸੀ, ਇਹਨਾਂ ਲੋਕਾਂ ਨੂੰ ਪਤਾ ਇਸ ਗੱਲ ਦਾ, ਜੀਣਾ ਆਉਂਦਾ ਇਹਨਾਂ ਲੋਕਾਂ ਨੂੰ ਕਿਤੇ? ਨਹੀਂ 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 ਨਹੀਂ, ਉਹ ਤਾਂ ਸਾਨੂੰ ਜਿਹੜੀ ਘੱਟ ਗਿਣਤੀ ਆ ਨਾ, ਜਦੋਂ ਡੈਮੋਕਰੇਸੀ ਚ ਇੱਕ ਗੱਲ ਤਾਂ ਖਿਆਲ ਰੱਖਣੀ ਪੈਣੀ, ਜਿਹੜੀ ਐਥਨਿਸਟੀ ਆ ਨਾ, ਜਿਹੜੀ ਘੱਟ ਗਿਣਤੀ ਆ, ਉਹਨੂੰ ਜ਼ਿਆਦਾ ਕੇਅਰਫੁਲ ਹੋ ਕੇ ਰਹਿਣਾ ਪੈਣਾ ਆ, ਵੀ ਮੈਂ, ਕਿਉਂਕਿ ਜਦੋਂ ਮੈਜੋਰਟੀ ਦੀ ਗੱਲ ਆਉਣੀ, ਫੈਸਲੇ ਮੈਜੋਰਟੀ ਨਾਲ ਹੋਣੇ ਆ, ਮੈਜੋਰਟੀ ਮੇਰੇ ਕੋਲ ਹੈ ਨਹੀਂ, ਫਿਰ ਮੈਂ ਕੀ ਕਰੂੰਗਾ? ਜੇ ਲੜੂੰਗਾ ਤਾਂ ਕਾਨੂੰਨ ਮੇਰੇ ਤੇ ਲਟਕਣਾ ਆ। ਬਿਲਕੁਲ ਜੀ, ਇਹ ਤਾਂ ਉਦਣ ਸੋਚਣਾ ਦਾ 47 ਵੇਲੇ ਜਦੋਂ ਇਹ ਹੁਣ ਹੋ ਗਏ, ਹੁਣ ਤਾਂ ਉਹਨਾਂ ਦੇ ਇਸੇ ਉਹਦੇ ਵਿੱਚ ਰਹਿ ਕੇ ਚੱਲਣਾ ਪਊਗਾ ਤੁਹਾਨੂੰ। ਬਿਲਕੁਲ, ਜਿਹੜੀ ਨਾ ਦੇਖੋ ਜਨਾਹ ਦੀ ਪ੍ਰਪੋਜ਼ਲ ਸੀ, ਇੱਥੇ ਅਸੀਂ ਹਿੰਦੁਸਤਾਨ ਵਿੱਚ 2-3% ਬਣਦੇ ਸੀ, ਉੱਥੇ 25-30% ਬਣਦੇ ਸੀ ਅਸੀਂ। ਬਿਲਕੁਲ ਹਾਂਜੀ, ਪਾਕਿਸਤਾਨ ਦੇ ਵਿੱਚ, ਕਿਉਂਕਿ ਜੇ ਜੇ ਨਾ ਅਸੀਂ ਪਾਕਿਸਤਾਨ ਨਾਲ ਜਾਂਦੇ ਸੀ ਤੇ ਬਾਰਡਰ ਜਿਹੜਾ ਆ ਉਹ ਇੱਥੇ ਨਹੀਂ ਸੀ ਬਣਦਾ। ਹਾਂਜੀ, ਫਿਰ ਸਾਰਾ ਪੰਜਾਬ ਵਿੱਚ ਰਹਿੰਦਾ ਸੀ। ਬਿਲਕੁਲ ਹਾਂਜੀ, ਉਹਦੇ ਨਾਲ ਹੁਣ ਜਨਾਹ ਇਹਨਾਂ ਦੇ ਕੰਨਾਂ ਚ ਇਹ ਪਾ ਰਿਹਾ ਸੀ ਸਿੱਖ ਲੀਡਰਾਂ ਦੇ, ਵੀ ਤੁਸੀਂ ਸੋਚੋ ਜੇ ਸਿੱਖਾਂ ਦੀ ਬਹੁ ਗਿਣਤੀ ਜਿਹੜੀ ਆ ਉਹ ਪਾਕਿਸਤਾਨ ਦੇ ਨਾਲ ਜਾਂਦੀ ਆ, ਤਾਂ ਜਿਹੜਾ ਬਾਰਡਰ ਬਣਨਾ ਆ ਉਹ ਦਿੱਲੀ ਵੱਲ ਨੂੰ ਹੋਰ ਜ਼ਿਆਦਾ ਆ ਜਾਣਾ, ਪੰਜਾਬ ਉਧਰ ਚਲ ਜਾਣਾ, ਕੁਛ ਹਿੰਦੂ ਵੀ ਉੱਥੇ ਰਹਿ ਜਾਣੇ ਆ। ਹੁਣ ਇਹ ਵੀ ਕਿਹਾ, ਕਹਿੰਦਾ ਸੋਚ ਕੇ ਦੱਸੋ ਵੀ ਜਦੋਂ ਜੇ ਮੰਨ ਲਓ 30% ਜਿਹੜੇ ਆ ਉਹ ਸਿੱਖ ਆ ਤੇ 10-12% ਹਿੰਦੂ ਆ, ਉਹ ਅੱਗੇ ਜਾ ਕੇ ਮੁਸਲਮਾਨਾਂ ਦਾ ਸਾਥ ਦੇਣਗੇ ਜਾਂ ਸਿੱਖਾਂ ਦਾ ਦੇਣਗੇ? ਬਿਲਕੁਲ ਹਾਂਜੀ, ਇਹ ਖੁਦ ਮੰਨਦੇ ਸੀ, ਕਹਿੰਦੇ ਹਾਂ ਸਿੱਖਾਂ ਦਾ ਦੇਣਗੇ, ਸਿੱਖਾਂ ਦਾ ਦੇਣਾ। ਹਾਂਜੀ, ਫਿਰ ਉਹ ਕਹਿੰਦਾ ਵੀ ਤੁਸੀਂ ਪਰਸੈਂਟੇਜ ਦਾ ਦੇਖੋ, ਤੁਸੀਂ ਤਾਂ ਬਰਾਬਰ ਦੀ ਧਿਰ ਬਣ ਕੇ ਬੈਠਣਾ ਉੱਥੇ। ਹਾਂ ਬਿਲਕੁਲ, ਹਾਂ ਹੁਣ ਏਡੀ ਵੱਡੀ ਧਿਰ ਦੇ ਨਾਲ ਉੱਥੇ ਪਾਕਿਸਤਾਨ ਦੇ ਵਿੱਚ ਉਹ ਕਾਹਦੀ ਟੱਕਰ ਲੈਣਗੇ? ਇੰਡੀਆ ਦੇ ਵਿੱਚ ਜੇ ਸਿੱਖ ਆਪਣਾ ਰੋਸਾ ਕਰਕੇ ਇੰਡੀਆ ਤੇ ਇਹ ਦਬਾਅ ਪਾਉਣਗੇ ਵੀ ਜੇ ਤੁਸੀਂ ਸਾਡੀਆਂ ਗੱਲਾਂ ਨਾ ਮੰਨੀਆਂ ਤਾਂ ਪਾਕਿਸਤਾਨ ਨੇ ਸਾਡਾ ਸਾਥ ਦੇ ਦੇਣਾ, ਉਹਦੇ ਨਾਲ ਇੰਡੀਆ ਕਿੰਨਾ ਕੁ ਡਰੂਗਾ? ਜਾਂ ਜੇ ਇਹਦੇ ਇਹਦੇ ਉਲਟ ਪਾਕਿਸਤਾਨ ਚ ਬੈਠੇ ਹੁੰਦੇ ਉੱਥੇ ਮੁਸਲਮਾਨਾਂ ਨੂੰ ਇਹ ਡਰਾਵਾ ਦਿੰਦੇ, ਕਿਉਂਕਿ ਉੱਥੇ 10-15% ਹਿੰਦੂ ਹੋਣੇ ਸੀ, 25-30% ਇਹ ਹੋਣੇ ਸੀ, ਇਹ ਮੁਸਲਮਾਨਾਂ ਨੂੰ ਡਰਾਵਾ ਦਿੰਦੇ ਵੀ ਜੇ ਸਾਡੀਆਂ ਗੱਲਾਂ ਨਾ ਮੰਨੀਆਂ ਤੇ ਇੰਡੀਆ ਨੇ ਸਾਡਾ ਸਾਥ ਦੇ ਦੇਣਾ। ਬਿਲਕੁਲ ਹਾਂਜੀ, ਫੇਰ ਉਹਨਾਂ ਤੇ ਕਿੰਨਾ ਦਬਾਅ ਹੋਣਾ ਸੀ ਪਾਕਿਸਤਾਨ ਦੇ ਉੱਤੇ। ਬਿਲਕੁਲ, ਔਰ ਅੱਜ ਵੀ ਜਾਣੀ ਇਹ ਜਿਹੜੀ ਗੱਲ ਆ ਕਰਨੇ ਵਾਲੀ ਉਹਨੂੰ ਨਹੀਂ ਡਿਸਕਸ ਕਰਕੇ ਵੀ ਭਾਈ ਇੱਥੇ ਗਲਤੀ ਹੋਈ ਆ, ਹੁਣ ਸਾਡੀ ਹੁਣੀ ਜਿਹੜੀ ਇਹਨਾਂ ਨਾਲ ਲਿਖੀ ਗਈ ਆ, ਆਪਣਾ ਜਿਹੜਾ ਭਵਿੱਖ ਆ ਉਹਨੂੰ ਹੁਣ ਕਿੱਦਾਂ ਨਜਿੱਠਣਾ, ਕਿੱਦਾਂ ਸਵਾਰਨਾ, ਵਧੀਆ ਕਿੱਦਾਂ ਬਣਾਈਏ, ਇਹਨਾਂ ਦੇ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਆਪਣੇ ਹੱਕ ਕਿੱਦਾਂ ਲਈਏ, ਉਹ ਨਹੀਂ ਵਿਚਾਰ ਰਹੇ। ਬਿਲਕੁਲ, ਜਦੋਂ ਭਾਜੀ ਮੋਰਚਾ ਵੀ ਲੱਗਾ ਨਾ, ਜਦੋਂ ਜਦੋਂ ਚਲੋ ਮੰਨ ਲੈਂਦੇ ਵੀ ਜਦੋਂ ਮੋਰਚਾ ਧਰਮ ਜਦੋਂ ਮੋਰਚੇ ਸ਼ਾਂਤਮਈ ਤੁਸੀਂ ਜੇਲਾ ਭਰ ਰਹੇ ਆ, ਆਹੋ ਸਗੋਂ ਸਿਆਣਪ ਇਹ ਕਹਿੰਦੀ ਸੀਗੀ ਉਹ ਤੁਹਾਨੂੰ ਅਕਸਾਰ ਆਏ ਸੀਗੇ ਕਤਲ ਕਰਨੇ ਨੂੰ, ਬਸ ਤੁਸੀਂ ਉਸ ਵੇਲੇ ਤਾਂ ਬਿਲਕੁਲ ਸੁਣ ਹੋ ਜਾਂਦੇ, ਦੁਨੀਆਂ ਦੀਆਂ ਨਜ਼ਰਾਂ ਤੁਹਾਡੇ ਵੱਲ ਹੁੰਦੀਆਂ ਕਿ ਤੁਸੀਂ ਸ਼ਾਂਤਮਈ ਮੋਰਚੇ ਤੇ ਆ ਰਹੇ ਆ, ਤੁਸੀਂ ਬਾਹਰ ਬੰਦੇ ਮਾਰਨੇ ਸ਼ੁਰੂ ਕਰਤੇ, ਬੰਦੇ ਮਾਰ ਕੇ ਤੁਸੀਂ ਇਹ ਉੱਥੋਂ ਕਹਿਣਾ ਸ਼ੁਰੂ ਕਰਤਾ ਕਿ ਮਾਰ ਕੇ ਇੱਥੇ ਆ ਜਾਓ ਅਸੀਂ ਸਾਂਭਾਂਗੇ, ਹੈ ਨਾ? ਫਿਰ ਤੁਸੀਂ ਦੱਸੋ ਵੀ ਤੁਸੀਂ ਫਿਰ ਇਹ ਕਿੱਧਰੋਂ ਸਿਆਣਪ ਕੰਮ ਕਰਦੀ ਹੈ ਵੀ ਤੁਸੀਂ ਉਹਨੂੰ ਕਿੱਦਾਂ ਕੋਈ ਮੰਨ ਲਊਗਾ ਕਿ ਮੋਰਚੇ ਸ਼ਾਂਤਮਈ ਸੀਗਾ? ਨਹੀਂ ਨਹੀਂ, ਹੈ ਹੀ ਨਹੀਂ, ਕੁਛ ਵੀ ਨਹੀਂ ਸੀਗਾ ਜੀ। ਉਹ ਜਿਹੜੇ ਬੰਦੇ ਜਿਹੜੇ ਹੁਣ ਗੱਲ ਕਰਦੇ ਨਾ, ਹੈਰਾਨੀ ਇਹ ਆ ਜਿੰਨੇ ਬੰਦੇ ਹੱਕ ਚ ਬੋਲਦੇ ਆ ਉਹਨਾਂ ਚੋਂ ਜਿਹੜੇ ਬੰਦੇ ਉਸ ਵੇਲੇ ਦੇ ਹੈਗੇ ਆ ਉਹ ਗਦਾਰਾਂ ਦੀ ਲਿਸਟ ਵਿੱਚ ਆ। ਹਾਂਜੀ, ਪ੍ਰਭ ਸ਼ਰਨ ਹੁਣੀ ਇਹਨਾਂ ਦਾ ਪਿਛਲਾ ਪਿਛੋਕੜ ਪੜ੍ਹ ਕੇ ਦੇਖ ਲਓ, ਦੋਵੇਂ ਭਰਾ ਜਿਹੜੇ ਆ। ਹਾਂਜੀ,
ਠੀਕ ਆ, ਇਹਨਾਂ ਦੇ ਘਰ ਦੇ ਆ ਪੁਲਿਸ ਦੇ ਵਿਚ ਰਹੇ ਆ, ਹੁਣ ਜਸਵਿੰਦਰ ਆ ਆਹ ਜਿਹੜਾ ਉਹਦਾ ਪਿਓ ਵੀ ਪੁਲਿਸ ਵਿਚ ਆ ਤੇ ਉਹਦਾ ਭਰਾ ਵੀ ਪੁਲਿਸ ਵਿਚ ਆ। ਉਹਦੀ ਵੀ ਮੈਂ ਗੱਲ ਕਰਨੀ ਮਾੜੀ ਜੇ ਚੇਤਾ ਕਰ ਸੁਣੇ ਲਓ, ਉਹਦੀ ਗੱਲ ਪਤਾ ਕੀ ਕਹਿੰਦਾ ਉਹ? ਹਾਂਜੀ, ਉਹ ਕਹਿੰਦਾ ਵੀ ਮੇਰਾ ਮੇਰਾ ਜਿਹੜਾ ਪੁਲਿਸ ਚ ਪੇ ਆ ਉਹ ਪੁਲਿਸ ਚ ਆ, ਜਦੋਂ ਉੱਥੇ ਗਿਆ ਵਾ ਸੀਗਾ ਨਾ ਦੂਜੇ ਆਪਣੇ ਪੰਜਾਬ, ਜਦੋਂ ਕਹਿੰਦਾ ਬੰਦੇ ਫੜ ਲਏ ਤੇ ਉਹ ਛਡਾ ਲਏ, ਇੰਨੀ ਵੀ ਮੂਰਖ ਸਮਝਦਾ ਵੀ ਕਿਸੇ ਦੇ ਏਰੀਏ ਚ ਇੱਕ ਆਮ ਸਿਪਾਹੀ ਦੂਜੇ ਦੇ ਏਰੀਏ ਚ ਜਾ ਕੇ ਬੰਦੇ ਨੀ ਛਡਾ ਸਕਦਾ, ਭਾਵੇਂ ਗਲਤ ਹੋਣ ਭਾਵੇਂ ਸਹੀ ਹੋਵੇ, ਇੰਨੀ ਤਾਂ ਅਕਲ ਕਿਸੇ ਨੂੰ ਵੀ ਹੁੰਦੀ ਆ ਨਾ। ਇਹ ਪੰਜਾਬ ਦੇ ਵਿਚ ਉਹਨਾਂ ਹਾਲਾਤਾਂ ਚ ਉਦੋਂ ਤਾਂ ਮੈਂ ਕਹਿੰਦਾ ਡੀਸੀ ਤੱਕ ਦੀ ਨੀ ਸੀ ਗੱਲ ਸੁਣਦੇ, ਮਿਨਿਸਟਰਾਂ ਦੀ ਨੀ ਸੀ ਗੱਲ ਸੁਣਦੇ, ਤੇ ਸਿਪਾਹੀ ਦੀ ਕਿਤੇ ਸੁਣ ਲਈ ਨੀ, ਸਿਪਾਹੀ ਦੀ ਬਿਲਕੁਲ ਥਾਣੇ ਦਾ ਉਹ ਅਗਲਾ ਇੱਕ ਦੋ ਨੂੰ ਪਛਾਣਦਾ, ਸਰਪੰਚਾਂ ਦੇ ਥੱਪੜ ਮਾਰ ਦਿੰਦੇ ਸੀ ਉੱਦਾਂ ਹੀ ਤੁਰੇ ਜਾਂਦੇ ਨਹੀਂ, ਤੇ ਦੂਜੇ ਨੰਬਰ ਤੇ ਉਹ ਕਹਿੰਦਾ ਵੀ ਉਸ ਜਦੋਂ ਤਾਂ ਉਹਦਾ ਪੇ ਹੈਗਾ ਦਿੱਲੀ ਚ, ਉਦੋਂ ਉਹ ਕਹਿੰਦਾ ਦਿੱਲੀ ਦੀ ਜਿਹੜੀ ਪੁਲਿਸ ਆ ਉਹ ਬਹੁਤ ਹੀ ਵਧੀਆ ਬਾਹਰ ਵਰਗੀ ਆ, ਉਹ ਤਾਂ ਗਲਤ ਕੰਮ ਕਰਦੀ ਨੀ, ਪੇ ਆ ਉਹਦਾ ਦਿੱਲੀ ਪੁਲਿਸ ਚ, ਚੰਡੀਗੜ੍ਹ ਪੁਲਿਸ ਚ ਹੈ ਨਾ ਚੰਡੀਗੜ੍ਹ, ਹਜੇ ਕਿ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਜਿੰਨੇ ਜਿਹੜੇ ਆਹ ਦੂਸਰੇ ਆ ਨਾ ਬੇਅੰਤ ਸਿੰਘ ਹੋਣੀ ਜਿਹੜੇ ਮੁੱਖ ਮੰਤਰੀ ਕੇ ਪੀ ਐਸ ਗਿੱਲ ਸਾਰੇ ਚੰਡੀਗੜ੍ਹ ਹੀ ਰਹਿੰਦੇ ਸੀ, ਸਮੇਧ ਸੈਣੀ ਵੀ ਚੰਡੀਗੜ੍ਹ ਸੀ, ਤੇ ਉੱਥੇ ਦੀ ਪੁਲਿਸ ਉੱਥੇ ਤੇ ਕਿਉਂਕਿ ਪੇ ਹੋਣ ਕਰਕੇ ਉਹਨਾਂ ਨੂੰ ਵੀ ਕਹਿੰਦਾ ਵੀ ਬਹੁਤ ਬਾਹਰ ਵਰਗੀ ਪੁਲਿਸ ਹੈ, ਤੇ ਜਦੋਂ ਕਹਿੰਦੇ ਜਦੋਂ ਦੂਸਰੇ ਪਾਸੇ ਜਦੋਂ ਪੁਲਿਸ ਪੰਜਾਬ ਚ ਜਾਂਦੀ ਉੱਥੇ ਪੇ ਹੈ ਨੀ, ਉਹ ਗੁੰਡੇ ਕਰਦੇ ਉਹ ਨਜਾਇਜ਼ ਮਾਰਦੇ ਆ, ਉਹ ਕਾਤਲਿਆ ਫਿਰ ਇੱਕ ਸੀ ਆਰ ਪੀ ਦੇ ਵਿੱਚ ਗੱਲ ਇੱਥੇ ਤੀਕਰ ਨੀ, ਇਹਦਾ ਚਾਚਾ ਚਾਚੇ ਜਾਣੀ ਕਿ ਖਾਨਦਾਨੇ ਪੁਲਿਸੀ ਆ ਇਹ ਬੰਦੇ, ਐਸ਼ੋ ਆਰਾਮ ਦੀ ਜ਼ਿੰਦਗੀ ਚ ਪੁਲਿਸ ਦੀ ਛਤਰ ਛਾਇਆ ਹੇਠ ਪਲੇ ਹੋਏ ਆ ਬੰਦੇ, ਤੇ ਉਸੇ ਛਾਇਆ ਉਸੇ ਛਤਰ ਛਾਇਆ ਦੇ ਵਿੱਚੋਂ ਬਾਹਰ ਨਿਕਲੇ ਆ ਜੀ, ਉਦੋਂ ਹੀ ਉਸੋਂ ਹੀ ਬਾਹਰ ਨਿਕਲਿਆ, ਅੱਜ ਧਰਮ ਦੇ ਠੇਕੇਦਾਰ ਬਣੇ ਹੋ, ਬਾਹਰ ਆ ਕੇ ਦੇਖ ਲਓ ਪੁਲਿਸ ਉਸ ਵੇਲੇ ਜਦੋਂ ਬੰਦੇ ਮਰਦੇ ਸੀਗੇ ਤੇਰਾ ਬਾਪੂ ਪਰਨਾ ਬੰਨ ਕੇ ਬੈਠ ਗਿਆ ਉਹਨੂੰ ਨੀ ਚੇਤਾ ਆਇਆ ਵੀ ਕਾਲ ਤਖ਼ਤ ਪੈ ਗਿਆ, ਤੂੰ ਅੱਜ ਤੁਸੀਂ ਫੜਾ ਮਾਰਨੇ ਆ ਲੋਕਾਂ ਦੇ ਪੁੱਤ ਤੁਸੀਂ ਮਰਵਾ ਦਿੱਤੇ ਫੜ ਕੇ, ਹਜ਼ਾਰਾਂ ਤੁਸੀਂ ਕਤਲ ਕਰਾਤੇ, ਹਜ਼ਾਰਾਂ ਲੋਕ ਔਰਤਾਂ ਪੰਜਾਬ ਦੀਆਂ ਕੁੜੀਆਂ ਵਿਧਵਾ ਕਰਾਤੀਆਂ, ਪਤਾ ਨੀ ਕਿੰਨੀਆਂ ਦੇ ਰੇਪ ਜਿਹੜੀਆਂ, ਦੇਖੋ ਅਸੀਂ ਸ਼ਹੀਦ ਅਸੀਂ ਅਰਦਾਸ ਤਾਂ ਕਰ ਦਿੰਦੇ ਹਾਂ ਬਈ ਸ਼ਹੀਦ ਜਿਹਨਾਂ ਸ਼ਹੀਦਾਂ ਧਰਮ ਪੁਰਾਤਨ ਅਤੇ ਪ੍ਰਾਚੀਨ ਜੇ ਹੋਣ ਜਾਣੀ ਕਿ ਸੰਘਰਸ਼ ਦੇ ਵਿੱਚ ਜਿਹਨਾਂ ਨੇ ਸੀਸ ਦਿੱਤੇ ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਵਾਹਿਗੁਰੂ, ਪਰ ਜਿਹਨਾਂ ਦੇ ਬਲਾਤਕਾਰ ਹੋਏ ਆ ਉਹਨਾਂ ਬਾਰੇ ਕੌਣ ਧਿਆਨ ਧਰੂਗਾ? ਨਾ ਜੀ, ਕੋਈ 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 ਜ਼ਿੰਮੇਵਾਰੀ ਲਏ ਨੀ ਰਹੇ ਵੀ ਕਿੰਨਾ ਅਸੀਂ ਕਿੰਨੇ ਪਛੜ ਗਏ ਆ, ਸਾਈਕੀ ਦੇ ਤੌਰ ਤੇ ਸਾਡਾ ਕਿੰਨਾ ਨੁਕਸਾਨ ਕਰ ਦਿੱਤਾ ਗਿਆ ਆ, ਢਿੰਦੀ ਕਲਾ ਕਿੰਨੀ ਆ ਗਈ ਸਾਡੇ ਦਿਮਾਗਾਂ ਦੇ, ਡਿਪਰੈਸ਼ਨ ਚ ਕਿੰਨਾ ਚਲਾ ਗਿਆ ਪੰਜਾਬ, ਕਰਜ਼ਾ ਕਿੰਨਾ ਚੜ ਗਿਆ, ਅੱਜ ਵੀ ਤੁਸੀਂ ਅੱਜ ਜਿੱਥੇ ਜਦੋਂ ਜੋਗਾ ਸਿੰਘ ਸੀਗਾ ਉਹ ਕਿੱਦਾਂ ਕਹਿ ਰਿਹਾ ਸੀ ਪੁਲਿਸ ਦੇ ਕੋਲ ਖੜ ਕੇ ਵੀ ਜਿਹੜਾ ਪੱਗ ਲਾਉਂਦਾ ਉਹਦਾ ਗੁੱਟ ਵੱਢ ਦਿਓ, ਪੁਲਿਸ ਦੇ ਕੋਲ ਖੜ ਕੇ ਕਹਿ ਰਿਹਾ ਜਾਣੀ, ਤੇ ਉਹਦੇ ਨਾਲ ਨੌਜਵਾਨ ਜਿਹੜੇ ਅਗਲੇ ਸੋਚਦੇ ਵੀ ਸਾਨੂੰ ਤਾਂ ਹੱਕ ਆ ਇੱਦਾਂ, ਇੱਕ ਰਣਜੀਤ ਸੋਨੀ ਜਿਹੜਾ ਕਹਿੰਦਾ ਹੁੰਦਾ ਸੀਗਾ ਬਈ ਸੀ ਆਰ ਪੀ ਤੋਂ ਕਹਿੰਦਾ ਗੰਨਾ ਖੋਲਣੀ ਅਸੀਂ ਹਨਾ, ਆਹੋ ਵੱਡੀ ਸਾਰੀ ਪੱਗ ਮੰਨੀ ਵਾਲਾ ਜਿਹੜਾ ਜਿਹਾ ਉਹਦਾ ਪਿਓ ਪੁਲਿਸ ਵਿੱਚ ਆ, ਉਹਦਾ ਵੀ ਪਿਓ ਪੁਲਿਸ, ਕੋਈ ਮਤਲਬ ਇਹਨਾਂ ਦੇ ਆਪਣੇ ਆਪ ਇਹ ਬਿਲਕੁਲ, ਕਿਉਂਕਿ ਇਹਨਾਂ ਦੇ ਆਂਚ ਨੀ ਆਉਣੀ ਕਿ ਇਹਨਾਂ ਦੇ ਬੰਦੇ ਇਹਦਾ ਪੇ ਪੁਲਿਸ ਚ ਆ, ਰਿਸ਼ਤੇਦਾਰ ਪੁਲਿਸ ਚ ਆ, ਮਰਨਾ ਆਮ ਲੋਕਾਂ ਨੇ ਆ, ਆਹ ਨਹੀਂ ਨਹੀਂ ਜੀ, ਆਹ ਤੁਸੀਂ ਦੇਖੋ ਜਿਹੜਾ ਉਹ ਹੁੰਦਾ ਸੀ ਨਾ ਗੁਰਪ੍ਰੀਤ ਦੇ ਨਾਲ, ਇਹਦੇ ਨਾਲ ਗੁਰਪ੍ਰੀਤ ਕੈਲੀਫੋਰਨੀਆ ਵਾਲੇ ਦੇ ਨਾਲ ਜਿਹੜਾ ਬਰਨਾਲੇ ਤੋਂ ਸੀ ਠੀਕਰੀ ਵਾਲਾ, ਹਾਂਜੀ ਠੀਕਰੀ ਵਾਲਾ ਸੁਰਿੰਦਰ ਠੀਕਰੀ ਵਾਲਾ, ਸੁਰਿੰਦਰ ਠੀਕਰੀ ਵਾਲਾ ਜੀ, ਹਾਂ ਉਹ ਬੰਦੇ ਕਿੱਦਾਂ ਉਦੋਂ ਦੰਦ ਲਾਉਂਦੇ ਫਿਰਦੇ ਹੁੰਦੇ ਸੀ, ਹਾਂ ਉਹਦੀਆਂ ਫੋਟੋਆਂ ਕਦੇ ਇੱਧਰ ਵਾਲਵਾਰ ਰੱਖ ਕੇ ਕਦੇ ਇੱਧਰ ਦੋ ਕਰਪਾ ਇੱਧਰ ਨੂੰ ਘੁਮਾ ਕੇ, ਬਿਲਕੁਲ
ਇਹ ਬੰਦੇ ਸਾਰੇ ਬੰਦੇ ਏਜੰਸੀਆਂ ਦੀ ਸ਼ਹਿ ਦੇ ਉੱਤੇ ਜਾਣੀ। ਗੁਰਪ੍ਰੀਤ ਆਪ ਕਹੀ ਜਾਂਦਾ ਵੀ ਮੈਂ ਦਿੱਲੀ ਸੀਗਾ ਜੀ, ਮੇਰੇ ਤੇ ਕੇਸ ਪੈ ਗਿਆ, ਮੈਨੂੰ ਸਿੰਘਾਂ ਨੇ ਕਿਹਾ ਛੱਡ ਜਾ ਤੂੰ। ਮੈਂ ਕਿਹਾ ਨਹੀਂ ਨਹੀਂ ਇੱਦਾਂ ਨੀ ਮੈਂ ਜਾਣਾ, ਮੈਂ ਤਾਂ ਪੇਸ਼ ਹੋਊਂਗਾ। ਵੀ ਮੁੜ ਕੇ ਜਸਬੀਰ ਸਿੰਘ ਨੇ ਛਡਾਤਾ ਰੂਡੇ ਵਾਲੇ ਨੇ। ਫਿਰ ਹੋਰ ਬੜੀ ਗੱਲ, ਬਾਦਲ ਦੇ ਕਤਲ ਦੀ ਛਾਂਚਿਸ ਦਾ ਕੇਸ ਬਣਿਆ ਔਰ ਉਹਨੂੰ ਛਡਾਉਣ ਵਾਲਾ, ਕਮਾਲ ਦੀ ਗੱਲ ਨਹੀਂ? ਨਹੀਂ ਨਾਲੇ ਦੇਖੋ, ਬਾਦਲ ਦੇ ਕਤਲ ਦਾ ਕੇਸ ਬਣ ਰਿਹਾ ਤਾਂ ਬੰਦਾ ਦਿੱਲੀ ਤੋਂ ਕਹਿੰਦਾ ਵੀ ਮੈਂ ਤਾਂ ਪੇਸ਼ ਹੋਊਂਗਾ ਪੰਜਾਬ ਵਿੱਚ ਜਾ ਕੇ। ਕਮਾਲ ਦੀ ਗੱਲ, ਐਡਾ ਕਤਲ ਨਵੰਬਰ ਕਰਕੇ ਨਾ ਦਿਮਾਗ ਚ ਆਈ ਜਾਂਦੀ ਗੱਲ। ਉਹ ਕਈ ਕਹਿੰਦੇ ਬਈ ਜੀ ਜਿਹੜੀ ਦਿੱਲੀ ਦੇ ਵਿੱਚ ਨਾ ਬਈ ਜਿਹੜੇ ਕਤਲੇਆਮ ਹੋਇਆ ਇਹਦੀ ਸਾਜਿਸ਼ ਪਹਿਲੇ ਘੜੀ ਉਹ ਸੀ, ਤਿਆਰੀ ਸੀ, ਪਾਊਡਰ ਤਿਆਰ ਸੀਗਾ, ਉਸ ਜੋ ਅੱਗ ਬਾਲਣ ਵਾਲੇ ਜੋ ਇੱਕੋ ਜਿਹਾ ਸਾਰੇ ਪਾਸੇ ਸੀਗਾ, ਹੈਨਾ, ਪੋਸੀਬਲ ਹੈ, ਹੋ ਸਕਦਾ, ਮੈਂ ਮੰਨਦਾ। ਪਰ ਸੁਣੋ, ਹੁਣ ਤੁਹਾਨੂੰ ਮੰਜੀ ਸਾਹਿਬ ਦੀਵਾਨ ਹਾਲ ਤੋਂ ਇਹ ਕਿਹਾ ਜਾਂਦਾ ਕਿ ਮੈਂ ਇੱਕ ਇੱਕ ਬੰਦੇ ਦੇ ਬਦਲੇ ਮੈਂ ਪਰਿਵਾਰ ਨੂੰ ਆਪਣੇ ਨੂੰ ਸੋਧਾ ਲਾਉਂ ਤੁਹਾਡੇ ਨੂੰ, ਉਹਨਾਂ ਦੇ ਕੰਨ ਨੀ ਹੈਗੇ, ਉਹ ਤਿਆਰੀ ਨੀ ਕਰ ਰਹੇ ਇਸ ਗੱਲ ਦੀ। ਜਦੋਂ ਤੁਸੀਂ ਕਹਿੰਦੇ ਆ ਵੀ ਜੇ ਦਰਬਾਰ ਸਾਹਿਬ ਚ ਪੁਲਿਸ ਆ ਗਈ ਤੇ ਛੱਲੀ ਰਾਮ ਤੇ ਗੁੱਲੀ ਰਾਮ ਪੰਜਾਬ ਚੋਂ ਚੁਣ ਦੇਣੇ ਫੜ ਕੇ, ਬਚਣਾ ਨੀ ਚਾਹੀਦਾ ਕੋਈ, ਤੇ ਉਹਨਾਂ ਦੇ ਕੰਨ ਨੀ ਹੈਗੇ, ਉਹਨਾਂ ਨੂੰ ਨੀ ਸੁਣਦਾ, ਸਭ ਕੁਝ ਹੁਣ ਕਰਨੀ ਆਉਂਦੀ। ਜਦੋਂ ਤੁਸੀਂ ਕਹਿੰਦੇ ਆ, ਤੁਸੀਂ ਵੀਡੀਓ ਪਾਈ ਸੀ, ਉਹਦੇ ਛਰੇਆਮ ਇਹ ਗੱਲ ਸੁਣਨ ਨੂੰ ਮਿਲਦੀ ਆ ਕਿ ਪੱਗ ਤੋਂ ਬਗੈਰ ਮੁਸਲਮਾਨ ਨੂੰ ਛੱਡ ਕੇ ਕੋਈ ਬਚਣਾ ਨੀ ਚਾਹੀਦਾ, ਛਰੇਆਮ ਕਿਹਾ ਗਿਆ। ਨਹੀਂ ਨਹੀਂ ਇੱਕ ਹੋਰ ਚੀਜ਼ ਦੇਖੋ, ਹਾਂਜੀ, ਜਦੋਂ ਸਾਡਾ ਆਗੂ ਕਹਿੰਦਾ ਆ ਵੀ ਜੇ ਮੇਰੀ ਬੱਸ ਨਾ ਛੱਡੀ, ਹਾਂਜੀ, ਤੇ ਮੈਂ 5000 ਹਿੰਦੂ ਵੱਢੂਗਾ, ਹਾਂਜੀ ਬਿਲਕੁਲ, ਹਾਂ ਠੀਕ ਹੈ ਨਾ, ਅਸੀਂ, ਮੈਂ ਕਹਿੰਦਾ ਹੋ ਸਕਦਾ ਜੈ, ਹੋ ਸਕਦਾ ਰੋਸਾ ਆਇਆ ਬੰਦੇ ਨੂੰ, ਮੰਨ ਲਓ ਜੈਜ਼ ਆ, ਹਾਂ ਮੰਨ ਲਓ, ਹਾਂ, ਵੀ ਜੇ ਇੱਕ ਬੱਸ ਦੇ ਬਦਲੇ 5000 ਹਿੰਦੂ ਵੱਢਿਆ ਜਾ ਸਕਦਾ, ਹਾਂਜੀ, ਤੇ ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਦੇ ਬਦਲੇ ਕਿੰਨੇ ਹੋਣੇ ਚਾਹੀਦੇ ਫਿਰ? ਬੋਡੀ ਗਾਰਡ ਬਣ ਕੇ, ਸਿਕਿਉਰਿਟੀ ਗਾਰਡ ਬਣ ਕੇ ਤੇ ਆ ਕੇ ਕਤਲ ਕਰ ਜਾਂਦੇ, ਹਾਂਜੀ, ਫਿਰ ਉਹ ਪ੍ਰਧਾਨ ਮੰਤਰੀ ਦੇ ਬਦਲੇ ਕਿੰਨੇ ਹਿੰਦੂ ਵੱਢਦਾ? ਸੋਚੋ ਆ ਗੱਲ ਆ, ਵੀ ਇੱਕ ਜੇ ਜੀਪ ਦੇ ਬਦਲੇ 5000 ਹੈ, ਇੱਕ ਪ੍ਰਧਾਨ ਮੰਤਰੀ ਦੇ ਬਦਲੇ ਤੇ ਫਿਰ ਕਿੰਨੇ ਵੱਢਦਾ? ਉੱਥੇ ਅਸੀਂ ਕਹਿੰਦੇ ਵੀ ਨਹੀਂ ਧੱਕਾ ਕੀਤਾ ਸਾਡੇ ਨਾਲ, ਹਾਂ ਬਿਲਕੁਲ ਧੱਕਾ ਹੈ, ਪਰ ਤੁਸੀਂ ਸੋਚੋ ਉਹਨਾਂ ਨੂੰ ਉਹ ਪਲਾਨ ਬਣਾ ਕੇ ਤੁਸੀਂ ਦੇ ਰਹੇ ਆ, ਤੁਸੀਂ ਉਸ ਵੇਲੇ ਸਾਡੇ ਆਗੂ ਕਹਿ ਦਿੰਦੇ ਵੀ ਭਾਈ ਸਾਡੀ ਬੱਸ ਚੱਕ ਲਈ ਆ, ਵੀ ਜੇ ਉਹਨੇ ਬੱਸ ਨਾ ਛੱਡੀ, ਹਾਂਜੀ, ਤੇ ਸ਼ਾਮ ਤੱਕ ਪੰਜਾਬ ਰੋਡਵੇਜ ਦੀ ਕੋਈ ਵੀ ਬੱਸ ਤੇ ਅਸੀਂ ਕਬਜ਼ਾ ਕਰ ਲੈਣਾ ਆ, ਸਾਨੂੰ ਚਾਹੀਦੀ ਬੱਸ, ਰੋਸ ਕਰਾਂਗੇ ਅਸੀਂ, ਹਾਂ ਨਹੀਂ ਨਹੀਂ ਸਾਨੂੰ ਬੱਸ ਚਾਹੀਦੀ ਆ, ਹਾਂਜੀ, ਅਸੀਂ ਡਿਪੂ ਚ ਜਾਣਾ, ਅਸੀਂ ਇੱਕ ਬੱਸ ਸਟਾਰਟ ਕਰਕੇ ਲਿਆਉਣੀ ਆ, ਬਿਲਕੁਲ, ਹਾਂਜੀ, ਤੇ ਬੰਦਿਆਂ ਨੇ ਸਾਡੀ ਬੱਸ ਮੋੜ ਦਿਓ, ਨਹੀਂ ਤਾਂ ਬੱਸ ਦੇ ਬਦਲੇ ਬੱਸ ਚੱਕ ਲੈਣੀ ਅਸੀਂ, ਉਹ ਨਹੀਂ ਸਾਡੀ ਬੱਸ ਫੜ ਲਈ ਤੁਹਾਡੀ, ਚਲ ਇਦਾਂ ਬਿਲਕੁਲ ਕਿਹਾ ਜਾ ਸਕਦਾ, ਹਾਲਾਂਕਿ ਹੋ ਨਹੀਂ ਸਕਦਾ ਕਿਉਂਕਿ ਜਦੋਂ ਸਰਕਾਰੀ ਤੁਸੀਂ ਕੈਨੇਡਾ ਵਿੱਚ ਇੱਦਾਂ ਕਹਿ ਕੇ ਦਿਖਾਲ ਦਿਓ ਤੇ ਪੁਲਿਸ ਵਾਲੇ ਨੇ, ਮੈਂ ਜਾਂਦਾ ਸੀਗਾ ਮੇਰੇ ਤੋਂ ਕਾਰ ਦੀਆਂ ਚਾਬੀਆਂ ਲੈ ਲਈਆਂ, ਕਾਰ ਮੇਰੀ ਲੈ ਲਈ ਕਬਜ਼ੇ, ਸ਼ਾਮ ਤੇ ਛੱਡ ਦਿਓ, ਨਹੀਂ ਤਾਂ ਮੈਂ ਪੁਲਿਸ ਦੀ ਕਾਰ ਚੱਕ ਲੈਣੀ, ਕਹਿ ਕੇ ਦੇਖਿਓ ਇੱਥੇ, ਕਦੇ ਨੀ ਕਹਿ ਸਕਦੇ ਉਹਦੇ ਲਈ, ਤੁਸੀਂ ਕੋਈ ਹੋਰ ਡੈਮੋਕ੍ਰੇਸੀ ਫੇਰ ਕਿਹਨੂੰ ਕਹਿੰਦੇ, ਉੱਥੇ ਪ੍ਰੋਸੈਸ ਕੋਈ ਜੋ ਮਰਜ਼ੀ ਆ ਉਹਦੇ ਲੱਗੇ, ਲਾਣਾ ਹੀ ਪੈਣਾ ਤੁਹਾਨੂੰ, ਨਹੀਂ ਫੇਰ ਪੁਲਿਸ ਵਾਲਾ ਮੈਨੂੰ $150 ਦੀ ਟਿਕਟ ਦੇ ਗਿਆ ਤਾਂ ਸ਼ਾਮ ਨੂੰ ਮੈਂ ਟਿਕਟ ਦੇਣੀ ਪੁਲਿਸ ਵਾਲੇ ਨੂੰ, ਮੈਨੂੰ ਮਾਫ਼ ਕਰ ਦਿਓ, ਨਹੀਂ ਤਾਂ ਤੁਸੀਂ ਜਦੋਂ ਨਾ ਤੁਸੀਂ ਸਾਰਾ ਕੁਛ ਅਗਲੇ ਨੂੰ ਦੱਸ ਦਿੱਤਾ, ਆਪਣੇ ਸਾਰਾ ਕੁਛ ਤੁਸੀਂ ਦੱਸੀਗਾ ਉਹ ਕਰੀ ਗਿਆ,
ਗੱਲ ਤਾਂ ਹਾਂ ਹੋਈ ਹੈ ਨਾ ਤੇ ਹੁਣ ਜਿਹੜਾ ਤੁਸੀਂ ਪਲਾਨ ਬਣਾਏਗਾ ਉਹ ਤੁਸੀਂ ਤੁਸੀਂ ਪਤਾ ਨੀ ਤੁਸੀਂ ਕਰਨਾ ਵੀ ਨਹੀਂ ਸੀਗਾ ਤੁਸੀਂ ਉਦਾਂ ਹੀ ਜੋ ਧੱਕੇ ਜੋਸ਼ ਚ ਆ ਕੇ ਗੱਲ ਕਹਿਤੀ ਪਰ ਸੋਚਿਆ ਥੋੜੋ ਕਹਿਣ ਲੱਗਿਆ ਤੇ ਅਗਲਾ ਤਾਂ ਸੁਣ ਰਿਹਾ ਨਾ ਹੋਸ਼ ਵਿੱਚ ਉਹਦਾ ਅੰਜਾਮ ਜਿਹੜੀ ਸਟੇਟਮੈਂਟ ਦਿੰਨੇ ਆ ਉਹਦੇ ਸਿੱਟੇ ਭੁਗਤਣੇ ਪੈਂਦੇ ਆ ਤੁਹਾਨੂੰ ਬਿਲਕੁਲ ਜੀ ਭੁਗਤਣੇ ਪੈਂਦੇ ਆ ਉਹਦੇ ਲਈ ਤਿਆਰ ਰਹਿਣਾ ਪੈਂਦਾ ਬੰਦੇ ਨੂੰ ਔਰ ਉਹ ਸਿੱਟੇ ਜਿਹੜੇ ਆ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿੱਦਾਂ ਦੇ ਨਿਕਲਣੇ ਆ ਹਾਂਜੀ ਠੀਕ ਆ ਆ ਇੱਕ ਮੈਸੇਜ ਆਇਆ ਹਾਂਜੀ ਉਹ ਕਹਿੰਦੇ ਜਦੋਂ 75 ਚ ਐਮਰਜੈਂਸੀ ਵੇਲੇ ਜਲੂਸ ਨਿਕਲਿਆ ਸੀ ਨਾ ਹਾਂਜੀ ਸਿੱਖਾਂ ਦਾ ਹਾਂਜੀ ਹਾਂਜੀ ਉਹ ਜਲੂਸ ਜਦੋਂ ਦਿੱਲੀ ਨੂੰ ਗਿਆ ਤਾਂ ਗਿਆਨੀ ਜੈਲ ਸਿੰਘ ਨਾਲ ਜਾ ਰਿਹਾ ਸੀ ਕੁਰੂਕਸ਼ੇਤਰ ਚ ਗਿਆਨੀ ਜੈਲ ਸਿੰਘ ਨੇ ਭਾਸ਼ਣ ਵੀ ਦਿੱਤਾ ਉਸ ਜਲੂਸ ਦੇ ਵਿਚ ਬਿਲਕੁਲ ਦੇਖ ਲੋ ਉਹੀ ਉਹੀ ਗਿਆਨੀ ਜੈਲ ਸਿੰਘ ਅੱਗੇ ਗਿਆ ਤੇ ਉਹੀ ਗਿਆਨੀ ਜੈਲ ਸਿੰਘ ਹੈ ਜਦੋਂ ਨਾ ਦਲ ਖਾਲਸਾ ਬਣਿਆ ਆ ਇਹ ਆਮ ਪੇਪਰ ਮਿਲੂਗੀ ਤੁਹਾਨੂੰ ਬੁੱਕਾਂ ਦੇ ਵਿਚੋਂ ਜਦੋਂ ਦਲ ਖਾਲਸਾ ਬਣਿਆ ਆ ਉਹਦੇ ਜਿਹੜਾ ਉੱਥੇ ਦਾ ਜਿੱਥੇ ਜਿੱਥੇ ਇਕੱਠ ਕੀਤਾ ਸੀਗਾ ਨਾ ਉਹ ਕਿਸੇ ਮੋਟਲ ਜਾਂ ਕਿਸੇ ਚੰਡੀਗੜ੍ਹ ਦੇ ਵਿਚ ਜਿਸ ਬਿਲਡਿੰਗ ਦੇ ਵਿਚ ਉਹਦਾ ਬਿੱਲ ਜਵਾਬ ਨੀ ਦਿੰਦੇ ਹੱਦ ਹੋ ਗਈ ਜਾਣੀ ਏਦਾਂ ਅਸੀਂ ਮੈਂ ਕਹਿੰਦਾ ਚਲੋ ਇੱਕ ਗੱਲ ਤਾਂ ਪੱਕੀ ਆ ਸਤਨਾਮ ਸਿੰਘ ਹੋਰ ਕੁਛ ਹੋਵੇ ਨਾ ਹੋਵੇ ਹਾਂਜੀ ਸਾਡਾ ਕੋਨਫੀਡੈਂਸ ਤਾਂ ਇਹਨਾਂ ਗੱਲਾਂ ਨਾਲ ਵੱਧ ਰਿਹਾ ਹੈ ਨਾ ਤੇ ਅਸੀਂ ਅਸੀਂ ਸਾਡੀ ਔਕਾਤ ਨੀ ਹੈਗੀ ਇੰਨੀ ਜਿਹੜੀ ਨਾ ਗੱਲ ਅੱਜ ਸਤਨਾਮ ਸਿੰਘ ਵੀਰ ਕਰਕੇ ਗਿਆ ਬਿਲਕੁਲ ਹੋਮੇ ਦੇ ਬਾਰੇ ਉਹ ਬੜੀ ਇੰਪੋਰਟੈਂਟ ਆ ਗੱਲ ਆਪਣੀ ਔਕਾਤ ਵਿਚ ਜਾਣੀ ਹੋਮੈ ਦੀਰਘ ਰੋਗ ਇਸ ਕਰਕੇ ਆ ਤੂੰ ਔਕਾਤ ਵਿਚ ਰਹਿ ਆਪਣੀ ਚ ਦੀਰਘ ਰੋਗ ਤਾਂ ਬਣਦਾ ਜੇ ਔਕਾਤ ਤੋਂ ਬਾਹਰ ਚੱਲਣ ਦੇ ਰੋਗ ਬਣ ਜਾਂਦਾ ਹੁਣ ਜਦੋਂ 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 ਬ੍ਰਾਹਮਣ ਆਪਣੇ ਆਪ ਨੂੰ ਬ੍ਰਹਮਾ ਦੇ ਮੂੰਹ ਚੋਂ ਪੈਦਾ ਹੋਇਆ ਉਹਨੂੰ ਕਬੀਰ ਜੀ ਸਵਾਲ ਕਰਦੇ ਆ ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਂ ਆਣ ਵਾਟ ਕਾਹੀ ਨੀ ਆਇਆ ਉਹ ਵੀ ਇਹੀ ਕਹਿੰਦੇ ਪੇ ਹੰਕਾਰ ਨਾ ਕਰ ਔਕਾਤ ਵਿਚ ਆ ਜਾ ਜਦੋਂ ਗੁਰੂ ਨਾਨਕ ਦੇਵ ਜੀ ਸਿੱਖਾਂ ਨੂੰ ਕਹਿੰਦੇ ਆ ਵੀ ਤੁਸੀਂ ਘਬਰਾਉਣੇ ਕਿਉਂ ਆ ਤੁਸੀਂ ਵੀ ਉਸੇ ਰੱਬ ਦੇ ਪੈਦਾ ਕੀਤੇ ਹੋਏ ਤੁਹਾਨੂੰ ਕਿਹੜਾ ਹੱਕ ਨੀ ਹੈਗਾ ਉਹ ਵੀ ਇਹੀ ਕਹਿੰਦੇ ਪਏ ਇਨਫਿਨਿਟੀ ਕੰਪਲੈਕਸ ਵਿੱਚੋਂ ਨਿਕਲੋ ਔਕਾਤ ਵਿੱਚ ਆਓ ਤੁਹਾਡੀ ਤਾਂ ਤੁਸੀਂ ਤੁਸੀਂ ਤਾਂ ਮਹਾਰਾਜੇ ਬਣਨ ਦੇ ਯੋਗ ਆ ਬਿਲਕੁਲ ਜੀ ਬਿਲਕੁਲ ਹੈ ਤੇ ਤੁਸੀਂ ਤੁਸੀਂ ਕੀ ਨਹੀਂ ਕਰ ਸਕਦੇ ਬਿਲਕੁਲ ਭਾਜੀ ਹਾਂਜੀ ਇੱਥੇ ਇੱਥੇ ਸਾਡੇ ਨਾਲ ਇਹ ਹੋਇਆ ਵੀ ਅਸੀਂ ਹਰ ਕੰਮ ਔਕਾਤ ਤੋਂ ਬਾਹਰ ਹੋ ਕੇ ਕੀਤਾ ਹੁਣ ਜਦੋਂ ਜਦੋਂ ਭਿੰਡਰਾਂ ਵਾਲਾ ਇਹ ਸੈਂਟਰ ਦੇ ਖਿਲਾਫ ਸਟੇਟਮੈਂਟ ਦੇ ਰਿਹਾ ਆ ਉਹ ਵੀ ਔਕਾਤ ਤੋਂ ਬਾਹਰ ਹੋ ਕੇ ਦੇ ਰਿਹਾ ਆ ਉਹ ਇੰਨਾ ਇੰਨੇ ਇੰਨੇ ਯੋਗਾ ਹੈ ਨਹੀਂ ਸੀ ਜਿੰਨੀ ਦੇ ਰਿਹਾ ਆ ਜਦੋਂ ਧੁੰਮਾ ਬਾਦਲ ਦੇ ਕੋਲ ਪਲੇਟ ਮਠਿਆਈ ਦੀ ਲਿਆ ਕੇ ਫਿਰਦਾ ਉਹ ਵੀ ਔਕਾਤ ਤੋਂ ਬਾਹਰ ਉਹ ਇੰਨਾ ਨੀਵਾਂ ਨੀ ਇੰਨਾ ਨਿਮਾਣਾ ਥੋੜਾ ਟਕਸਾ ਲਿਆ ਅਕਸਰ ਹੁਣ ਜੇ ਗਿੱਲ ਦੇ ਆਏ ਤੇ ਠਾਕੁਰ ਸਿੰਘ ਨੂੰ ਸਰੋਪਾ ਦੇਣਾ ਪੈ ਰਿਹਾ ਉਹ ਵੀ ਔਕਾਤ ਤੋਂ ਬਾਹਰ ਹੋ ਕੇ ਦੇ ਰਹੇ ਆ ਚਲੋ ਗਿੱਲ ਇੱਕ ਮਿੰਟ ਮੈਨੂੰ ਹੋਰ ਦਿਓ ਮੈਂ ਗਿੱਲ ਦੀ ਗੱਲ ਤੇ ਇਹਨੀ ਨਾ ਦਿੱਤਾ ਸੀਗਾ ਪਿੱਛੇ ਜਾਏ ਬੋਲਿਆ ਕਾਫੀ ਮੈਂ ਜਦੋਂ ਰੌਲਾ ਆਪਾਂ ਗੱਲ ਕੀਤੀ ਸੀ ਇੱਥੇ ਨਾ ਗਿੱਲ ਬਾਰੇ ਕਹਿੰਦੇ ਵੀ ਗਿੱਲ ਟਕਸਾਲ ਦਾ ਇੱਕ ਅਸੂਲ ਹੈ ਕਹਿੰਦੇ ਬਈ ਅਸੀਂ ਘਰ ਆਇਆ ਦੁਸ਼ਮਣ ਨੂੰ ਬੰਦੇ ਨੂੰ ਮਾਰਦੇ ਤੇ ਤੁਹਾਨੂੰ ਪਤਾ ਡੀ ਆਈ ਜੀ ਅਟਵਾਲ ਪ੍ਰਕਰਮਾ ਵਿਚ ਪ੍ਰਸ਼ਾਦ ਹੱਥ ਚ ਮਾਰਤਾ ਸੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਦੇ ਵਿੱਚ ਹੱਥ ਚ ਪ੍ਰਸ਼ਾਦ ਸੀਗਾ ਉੱਥੇ ਮਾਰ ਦਿੰਦੇ ਆ ਮਤਲਬ ਜੇ ਮਹਿਤੇ ਆ ਗਿਆ ਉੱਥੇ ਫਿਰ ਅਸੂਲ ਯਾਦ ਆ ਜਾਂਦੇ ਆ ਨਾ ਨਾ ਬਸ ਉਹ ਤਾਂ ਵੀ ਇਹਦਾ ਜਿੱਦਾਂ ਵੀਰ ਨੀ ਸੀ ਹੁਣ ਜਿਹੜਾ ਆਸਟ੍ਰੇਲੀਆ ਤੋਂ ਫੋਨ ਕਰਦਾ ਸੀ
ਉਹ ਇਹ ਨਾ ਸਾਡੀ ਮੈਂਟੈਲਿਟੀ ਆ ਜਿਹਦੇ ਹੱਕ ਵਿੱਚ ਖੜੇ ਹਾਂ ਅਸੀਂ, ਉਹਦੇ ਬਾਰੇ ਅਸੀਂ ਸਟੇਟਮੈਂਟਾਂ ਇੱਦਾਂ ਦਿੰਦੇ ਹਾਂ ਵੀ ਇਹ ਵੀ ਤਾਂ ਹੋ ਸਕਦਾ ਜੇ ਬੰਦਾ ਕਹੇ ਵੀ ਦੇਖ ਯਾਰ ਤੂੰ ਫਲਾਨੇ ਬੰਦੇ ਦੀ ਗੱਲ ਕਰਦਾ ਵੀ ਉਹ ਤਾਂ ਸ਼ਰਾਬ ਪੀ ਕੇ ਆਇਆ ਕੱਲ, ਅਸੀਂ ਇਕਦਮ ਕਹਾਂਗੇ ਸਬੂਤ ਕੀ ਆ, ਅਗਲਾ ਕਹੂਗਾ ਵੀ ਮੈਂ ਠੇਕੇ ਤੋਂ ਨਿਕਲਦਾ ਦੇਖਿਆ, ਇਹ ਵੀ ਤਾਂ ਹੋ ਸਕਦਾ ਉਹ ਪੈਸੇ ਦੇ ਕੇ ਆਇਆ, ਕੋਈ ਹੋਰ ਗੱਲ ਹੋਈ ਹੋਵੇ, ਕਿਸੇ ਦੀ ਮਦਦ ਕੀਤੀ ਹੋਵੇ, ਕਿਸੇ ਜਨਾਨੀ ਦੇ ਘਰੋਂ ਆਵੇ ਕੋਈ ਦਾ ਫੇਰ, ਇਹ ਵੀ ਤਾਂ ਹੋਏ, ਮਤਲਬ ਜਿਹਦੇ ਹੱਕ ਚ ਖੜੇ ਨਾ ਇੱਦਾਂ ਦੀਆਂ ਸੰਭਾਵਨਾਵਾਂ ਬਣਾ ਕੇ ਗੱਲ ਕਰਦੇ ਹਾਂ ਅਸੀਂ, ਬਸ 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 ਹੱਕ ਚ ਖੜ ਕੇ ਇਹ ਦੇਖ ਲੈਂਦੇ ਆ। ਇੱਕ ਹੁਣ ਜਾਂਦੇ ਜਾਂਦੇ ਇੱਕ ਗੱਲ ਹੋਰ ਕਰ ਪਾਣੀ, ਜਿਹੜੀ ਨਾ ਉੜਦੀ ਉੜਦੀ ਆ ਗੱਲ ਬੜੀ ਚੱਕੀ ਹੋਈ ਹੈ ਕਿ ਜੀ ਜੇ ਇੰਦਰਾ ਗਾਂਧੀ ਨੂੰ ਨਾ ਮਾਰਦੇ ਨਾ ਤਾਂ ਆਪਰੇਸ਼ਨ ਸ਼ਾਂਤੀ ਨਾਲ ਕਰਕੇ ਉਹਨੇ ਪੰਜਾਬ ਨੂੰ ਖਤਮ ਕਰਨਾ ਸੀ। ਮੈਨੂੰ ਤਾਂ ਹਾਸਾ ਆਉਂਦਾ ਗੱਲ ਸੁਣ ਕੇ, ਕਹਿੰਦੇ ਜੀ ਉਹ ਗੱਲ ਦਾ ਸਤਵੰਤ ਸਿੰਘ ਬਿਆਨ ਸਿੰਘ ਨੂੰ ਪਤਾ ਲੱਗ ਗਿਆ ਤੇ ਉਹਨੇ ਇੰਦਰਾ ਗਾਂਧੀ ਮਾਰਤੀ। ਕਿੰਨੀ ਹਾਸੋਹੀਣੀ ਗੱਲ ਹੈ, ਜਿਹੜੀ ਦਰਬਾਰ ਸਾਹਿਬ ਤੇ ਅਟੈਕ ਕਰਨੇ ਨੂੰ ਪੂਰੀ ਦੁਨੀਆਂ ਨੂੰ ਪਤਾ ਵੀ ਕਿਸੇ ਵੇਲੇ ਵੀ ਹੋਇਆ, ਕਿਸੇ ਵੇਲੇ ਵੀ ਹੋ ਸਕਦਾ, ਉਹਨਾਂ ਨੂੰ ਕੋਲ ਬੈਠਿਆਂ ਨੂੰ ਪਤਾ ਨੀ ਲੱਗਾ, ਉਦੋਂ ਨੀ ਪਤਾ ਲੱਗਾ ਵੀ ਅਟੈਕ ਹੋਣ ਲੱਗਾ ਦਰਬਾਰ ਸਾਹਿਬ ਤੇ। ਤੇ ਜਿਹੜੀ ਗੱਲ ਕਿਸੇ ਨੂੰ ਵੀ ਨੀ ਪਤਾ ਉਹ ਪਤਾ ਲੱਗ ਗਈ, ਉਹ ਪਤਾ ਲੱਗ ਗਈ, ਜਿਹੜੀ ਦਾ ਰੌਲਾ ਉਹਦਾ ਪਤਾ ਨੀ ਲੱਗਾ। ਕਿੰਨਾ ਮਤਲਬ ਅਸੀਂ ਕੁਛ ਵੀ ਨੀ ਸੋਚਦੇ। ਅਸਲ ਵਿੱਚ ਨਾ ਗੱਲ ਇਹ ਹੈ ਵੀ ਜਿੱਧਰ ਨੂੰ ਸਾਨੂੰ ਲਾਣਾ ਚਾਹੁੰਦੇ ਨਾ ਉਧਰ ਨੂੰ ਅਗਲੇ ਲਾਉਂਦੇ ਆ, ਕੋਈ ਸ਼ੱਕ ਨਹੀਂ, ਪੜਾਉਣਾ ਚਾਹੁੰਦੇ ਆ ਉਹ ਪੜਾਉਂਦੇ ਆ ਉਹ ਸਾਨੂੰ। ਨਹੀਂ ਨਹੀਂ ਨਜ਼ਰੀਆ ਜਿਹੜੀ ਆਵਾਜ਼ ਆ ਨਾ ਉਹ 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 ਨਿਕਲ ਰਹੀ ਆ ਜਿਹੜੀ ਉਹ ਕੱਢਣੀ ਚਾਹੁੰਦੇ ਆ। ਬਸ ਬਸ ਹਾਂ ਗੱਲ ਤਾਂ ਹਾਂ ਆ, ਉਹ ਸਾਨੂੰ ਕਿੱਧਰ ਨੂੰ ਲੈ ਕੇ ਜਾਣਾ ਚਾਹੁੰਦੇ, ਕਿੱਧਰ ਸਾਡਾ ਮੂੰਹ ਮੋੜਨਾ ਚਾਹੁੰਦੇ ਆ, ਕਿੱਧਰ ਨੂੰ ਮੂੰਹ ਕਰਨਾ ਚਾਹੁੰਦੇ ਉਹ ਤੈਅ ਕਰ ਰਹੇ ਆ, ਸਾਡੇ ਪੱਲੇ ਕੀ ਆ। ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨੀ, ਉਹ ਤਾਂ ਸਰੋਤੇ ਸਾਡੇ ਨਾਲ ਹੈਗੇ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ, ਵਟਸਐਪ ਦੇ ਉੱਤੇ ਤੁਸੀਂ ਆਉਂਦੇ ਰਹੋ ਜੀ। ਨਹੀਂ ਜੀ, ਉਹ ਚਿਰ ਹੋ ਗਿਆ ਸੀ ਕਾਲ ਨੂੰ, ਅਤੇ ਆਪਾਂ ਦੁਬਾਰਾ ਹੁਣ ਬੇਨਤੀ ਆ ਜੀ ਭਈ ਹੋਰ ਕੋਈ ਕਾਲ ਨਾ ਕਰਿਓ, ਹੁਣ ਦੋ ਕਾਲਾਂ ਸਾਡੇ ਕੋਲ ਜਿਹੜੀਆਂ ਜ਼ਰੂਰੀ ਸੀਆਂ ਉਹ ਮਿਸ ਹੋਈਆਂ ਆ, ਉਹੀ ਅਸੀਂ ਲੈਣੀਆਂ ਆ, ਠੀਕ ਆ। ਅਤੇ ਬਾਕੀ ਪਹਿਲਾਂ ਉਹਨਾਂ ਨਾਲ ਗੱਲ ਕਰਨੀ ਆ ਲਖਵੀਰ ਸਿੰਘ ਹੋਰਾਂ ਨਾਲ ਜੀ, ਅਤੇ ਫਿਰ ਉਹ ਬ੍ਰੇਕ ਤੋਂ ਉਦੋਂ ਉਹਨਾਂ ਕੋਲੋਂ ਜੇ ਬਚ ਗਿਆ ਟਾਈਮ ਤਾਂ ਫਿਰ ਆਪਾਂ ਦੇਖ ਲਵਾਂਗੇ, ਠੀਕ ਆ। ਨਹੀਂ ਤਾਂ ਕਾਲਾਂ ਜ਼ਿਆਦਾ ਸੀਆਂ ਜਿਹੜੀਆਂ ਹੋਈਆਂ, ਹੁਣ ਇੰਨਾ ਟਾਈਮ ਨਹੀਂ ਹੋਣਾ ਸਾਡੇ ਕੋਲ, ਠੀਕ ਆ। ਆਪਣਾ ਮੈਨੂੰ ਲੱਗਦਾ ਆਸਟ੍ਰੇਲੀਆ ਵਾਲੇ ਵੀਰ ਦਾ ਜਿਹੜਾ ਟਾਈਮ ਆ ਉਹ ਜ਼ਿਆਦਾ ਲੱਗ ਗਿਆ ਸਾਡਾ, ਜਿਸ ਕਰਕੇ ਸਾਨੂੰ। ਹੈਲੋ ਜੀ, ਹਾਂ ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਤੁਸੀਂ ਆਉਂਦੇ ਰਹੋ ਜੀ। ਹੈਲੋ ਜੀ, ਨਹੀਂ ਜੀ ਧੰਨਵਾਦ ਤੁਹਾਡਾ, ਇਹ ਮੈਨੂੰ ਪਤਾ ਨਹੀਂ ਹੁਣ ਕੀ ਹੋਇਆ, ਕਾਲ ਦੀ ਸਾਡੀ ਪ੍ਰੋਬਲਮ ਆ ਜਾਂ। ਅਤੇ ਬ੍ਰੇਕ ਜਿਹੜੀ ਆ ਉਹਦਾ ਟਾਈਮ ਅਸੀਂ ਲਖਵੀਰ ਸਿੰਘ ਨੂੰ ਬੇਨਤੀ ਆ ਜੀ ਥੋੜ੍ਹਾ ਜਿਹਾ ਵੇਟ ਕਰ ਲਿਓ, ਕਿਉਂਕਿ ਅਸੀਂ 5 ਵਜੇ ਤੋਂ ਬਾਅਦ ਹੁਣ ਪਤਾ ਨਹੀਂ ਕਿੰਨਾ ਟਾਈਮ ਲੈ ਲਵਾਂਗੇ, ਪਰ ਕੋਈ ਨਹੀਂ ਹੈ ਨਾ। ਹੁਣ ਕਿੱਦਾਂ ਕਰੀਏ, ਜਿਹੜੀ ਕਾਲ ਅਸੀਂ ਲਾਈ ਆ ਉਹਦੀ ਆਵਾਜ਼ ਨਹੀਂ ਆਈ, ਜਿਹੜੀ ਉੱਧਰੋਂ ਆਈ ਆ ਉਹ ਕੱਟੀ ਗਈ ਆ, ਠੀਕ ਆ। ਲੈ ਲਈਏ ਬ੍ਰੇਕ ਫਿਰ, ਹੁਣ 6 ਇੱਕ ਤਾਂ ਵੀਰ ਦੀ ਯਾਰ ਕਾਲ ਬਹੁਤ ਵਾਰ ਆਈ ਸੀ ਪਹਿਲਾਂ,
10 12 ਵਾਰੀ ਆਈ ਸੀ ਮੈਨੂੰ ਇਦਾਂ ਅਨਫੇਅਰ ਲੱਗਦਾ ਮੈਂ ਕਿਹਾ ਉਹਨੂੰ ਮੈਂ 2 ਵਾਰੀ ਕਿਹਾ ਉਹਨਾਂ ਨੂੰ ਠੀਕ ਹੈ ਕਿ ਕਰ ਤੁਹਾਡੇ ਨਾਲ ਗੱਲ ਕਰਦੇ ਆ ਇਦਾਂ ਨਾ ਹੋਵੇ ਵੀ ਕੋਈ ਉਹ ਜ਼ਰੂਰੀ ਗੱਲ ਜਿਹੜੀ ਹੈ। ਹਾਂਜੀ ਗੁਰੂ ਫਤਿਹ ਜੀ ਵੀਰੇ ਟਾਈਮ ਥੋੜਾ ਜਿਹਾ ਸਾਡੇ ਕੋਲ ਪਰ ਤਾਂ ਸਾਨੂੰ ਇਮੋਰਲ ਜਿਹਾ ਲੱਗਿਆ ਵੀ ਤੁਹਾਡੇ ਨਾਲ ਗੱਲ ਨਾ ਕਰਦੇ ਤੇ ਹਾਂ ਸੁਣਾਓ। ਹੈਲੋ ਹਾਂਜੀ ਹੈਲੋ ਜੀ ਨਹੀਂ ਜੀ ਹੁਣ ਨਹੀਂ ਕਾਲ ਜਿਹੜੀ ਆ ਹੁਣੇ ਆਪਾਂ 0107 ਦੇ ਉੱਤੇ ਕਾਲ ਲੈ ਲੈਣੇ ਆ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਹੈ ਤਾਂ ਥੋੜੀ ਟੌਪਿਕ ਤੋਂ ਪਰੇ ਦੀ ਗੱਲ ਆ ਕਿ ਵਰਿੰਦਰਪਾਲ ਜਾਂ ਗੁਰਿੰਦਰਪਾਲ ਕੌਣ ਹੈ ਇਹ ਬੰਦਾ ਜਿਹੜਾ ਵਿਰੀ ਚ ਕੋਈ ਪ੍ਰਚਾਰ ਕਰਦੇ ਆ, ਤੁਹਾਨੂੰ ਹੈ ਕੋਈ ਨੌਲੇਜ ਇਹਦੇ ਬਾਰੇ? ਤੁਸੀਂ ਜ਼ਰੂਰੀ ਆਉਣੇ, ਕਿੱਥੋਂ ਬੋਲਦੇ ਆ ਤੁਸੀਂ? ਮੈਂ ਨਿਊਜ਼ੀਲੈਂਡ ਤੋਂ ਹੀ ਬੋਲਦਾ ਜੀ। ਨਾਂ ਕੀ ਤੁਹਾਡਾ? ਪ੍ਰਦੀਪ ਵੀਰੇ। ਕਿੱਥੇ ਰਹਿੰਦੇ ਆ? ਮੈਂ ਪਾਪਾਟੋ ਜੀ। ਤੁਹਾਨੂੰ ਪਤਾ ਵੀ ਸਾਡਾ ਇੱਥੇ ਝਗੜਾ ਕਿੰਨਾ ਆ? ਨਹੀਂ ਨਹੀਂ। ਤੁਹਾਨੂੰ ਕੁਛ ਨੀ ਪਤਾ ਵੀ ਰੇਡੀਓ ਦਾ ਝਗੜਾ ਕਿੰਨਾ ਚੱਲ ਰਿਹਾ? ਨਹੀਂ ਉਹਦੇ ਨਾਲ ਨਹੀਂ ਪਤਾ ਸੀ। ਤੁਹਾਨੂੰ ਪਤਾ ਵੀ ਕਿੰਨਾ ਝਗੜਾ ਸਾਡਾ, ਕਿੰਨੇ ਕੇਸ ਸਾਡੇ ਤੇ ਚੱਲਦੇ ਆ? ਹਾਂਜੀ। ਤੇ ਹੁਣ ਤੁਸੀਂ ਔਨ ਏਅਰ ਮੈਨੂੰ ਨਿਊਜ਼ੀਲੈਂਡ ਦੇ ਬੰਦੇ ਬਾਰੇ ਪੁੱਛਣਾ ਚਾਹੁੰਦੇ ਆ, ਯਾਰ ਤੁਸੀਂ ਮਾੜੀ ਮੋਟੀ ਕਾਮਨ ਸੈਂਸ ਤਾਂ ਵਰਤ ਲਿਆ ਕਰੋ। ਨਹੀਂ ਮੈਨੂੰ ਤਾਂ ਪਤਾ ਲੱਗਿਆ। ਨਹੀਂ ਨਹੀਂ ਪਤਾ ਉਦਾਂ ਮੈਂ ਇੱਕ ਮਿੰਟ ਰੇਡੀਓ ਦੇ ਇੱਥੇ ਚੀਕ ਚੀਕ ਕੇ ਮਰ ਗਏ ਅਸੀਂ ਵੀ ਆਪਣਾ ਜਿਹੜਾ ਦਿਮਾਗ ਰੱਬ ਨੇ ਦਿੱਤਾ ਇਹਨੂੰ ਵਰਤਿਆ ਕਰੋ। ਇੱਥੇ ਸਾਡੇ ਝਗੜਾ ਹੋਇਆ ਨਿਊਜ਼ੀਲੈਂਡ 'ਚ ਬਹੁਤੀਆਂ ਧਿਰਾਂ, ਇੰਨਾ ਇੱਦਾਂ ਥੋੜਾ ਹੋ ਸਕਦਾ ਯਾਰ ਤੁਹਾਨੂੰ ਪਤਾ ਨਾ ਹੋਵੇ ਵੀ ਕਿੰਨੇ ਕੁ ਗੁਰਦੁਆਰੇ ਸਾਡੇ ਵਿਰੁੱਧ ਜਦੋਂ ਸਰੂਪ ਚੱਕ ਕੇ ਲਗਾਏ ਆ। ਹਾਂਜੀ ਪਤਾ ਹੀ ਆ ਤੈਨੂੰ। ਹਾਂਜੀ ਹਾਂਜੀ ਕਿੰਨੀਆਂ ਅਖਬਾਰਾਂ ਵਿੱਚ ਆਇਆ। ਹਾਂਜੀ ਹੁਣ ਮੈਂ ਲੋਹੇ ਦਾ ਬਣਿਆ, ਤੂੰ ਮੈਨੂੰ ਆ ਕੇ ਔਨ ਏਅਰ ਪੁੱਛਣ ਲੱਗ ਪਿਆ ਵੀ ਫਲਾਣੇ ਬੰਦੇ ਬਾਰੇ ਦੱਸ ਮੈਨੂੰ। ਨਹੀਂ ਨਹੀਂ ਮੈਂ ਤੂੰ ਕੁਛ ਵੀ, ਪਰ ਮੈਂ ਇੱਕ ਤੈਨੂੰ ਸਵਾਲ ਪੁੱਛਦਾ ਵੀ ਜਦੋਂ ਤੈਨੂੰ ਇੰਨਾ ਪਤਾ ਵੀ ਇੰਨੇ ਸਿੱਖ ਨਿਊਜ਼ੀਲੈਂਡ ਦੇ 20-22 ਗੁਰਦੁਆਰੇ ਸਾਡੇ ਖਿਲਾਫ ਸੀਗੇ, ਹਾਂਜੀ ਪਤਾ ਸੀ ਨਾ ਤੈਨੂੰ? ਹਾਂਜੀ ਹਾਂਜੀ ਤੇ ਤੂੰ ਕੀ ਸੋਚਿਆ ਵੀ ਮੈਂ ਤੋਪਾਂ ਬੀੜ ਕੇ ਬੈਠਾ, ਤੂੰ ਮੈਨੂੰ ਔਨ ਏਅਰ ਪੁੱਛਣ ਲੱਗ ਪਿਆ ਵੀ ਫਲਾਣੇ ਬੰਦੇ ਬਾਰੇ ਪਤਾ? ਓਹਨੂੰ ਮੈਂ ਔਨ ਏਅਰ ਰੇਡੀਓ ਦੇ ਉੱਤੇ ਸਵਾਲ ਪੁੱਛ ਕੇ ਕਿਸੇ ਹੋਰ ਝਗੜੇ ਚ ਤਾਂ ਨੀ ਧੱਕ ਰਿਹਾ? ਤੇ ਮੈਂ ਉਹੀ ਤਾਂ ਤੈਨੂੰ ਕਹਿ ਰਿਹਾ ਵੀ ਜੇ ਇੰਨੀ ਵੀ ਕਾਮਨ ਸੈਂਸ ਤੈਨੂੰ ਨੀ ਵੀ ਜਿਹੜੇ ਬੰਦਿਆਂ ਦੀ ਇੰਨੀ ਦੁਸ਼ਮਣੀ ਆ ਉਹਨਾਂ ਨੂੰ ਮੈਂ ਔਨ ਏਅਰ ਪੁੱਛਣ ਲੱਗਾ ਵੀ ਇਹਦੇ ਬੰਦੇ ਬਾਰੇ ਦੱਸੋ ਵੀ ਕਿਤੇ ਇਹਦੇ ਨਾਲ ਝਗੜਾ ਵਧੂਗਾ ਤਾਂ ਨੀ? ਜੇ ਇੰਨੀ ਵੀ ਕਾਮਨ ਸੈਂਸ ਨੀ ਤੁਹਾਨੂੰ ਤਾਂ ਗਿਆਨ ਲੈ ਕੇ ਉਹ ਨੌਲੇਜ ਇਕੱਠੀ ਕਰਕੇ ਸਵਾਰਨਾ ਕੀਤਾ? ਭਰਾਵਾ ਮੈਂ ਉਹਦੀ ਨੀ ਗੱਲ, ਮੈਂ ਤੈਨੂੰ ਇਹ ਨੀ ਕਿਹਾ ਉਸ ਬੰਦੇ ਨਾਲ ਆ, ਮੈਂ ਤੈਨੂੰ ਕਹਿੰਦਾ ਵੀ ਮੰਨ ਲਓ ਉਹ ਬੰਦਾ ਮੇਰਾ ਹੈਗਾ ਸਕਾ ਭਰਾ ਮੰਨ ਲਓ, ਮੈਂ ਤੈਨੂੰ ਇਹ ਕਹਿ ਰਿਹਾ ਵੀ ਜਿਹਨੂੰ ਇਸ ਜੇ ਤੈਨੂੰ ਇੰਨੀ ਇੰਨੀ ਸੈਂਸ ਨੀ ਆਈ ਵੀ ਜਿਸ ਬੰਦੇ ਦਾ ਹਰਨੇਕ ਦਾ ਨਿਊਜ਼ੀਲੈਂਡ ਵਿਚ ਇੰਨੇ ਜਣੇ ਵਿਰੋਧ ਕਰ ਰਹੇ ਆ ਉਹਨੂੰ ਮੈਂ ਔਨ ਏਅਰ ਕਹਿਣ ਲੱਗਾ ਵੀ ਮੈਨੂੰ ਇਸ ਬੰਦੇ ਬਾਰੇ ਜਾਣਕਾਰੀ ਦੇ। ਹੁਣ ਮੰਨ ਲਓ ਉਸ ਬੰਦੇ ਨਾਲ ਮੇਰੀ ਕੋਈ ਦੁਸ਼ਮਣੀ ਨੀ, ਹੁਣ ਜਦੋਂ ਮੈਂ ਤੈਨੂੰ ਔਨ ਏਅਰ ਦੱਸੂਗਾ ਉਹਦੇ ਬਾਰੇ ਉਹਦੇ ਨਾਲ ਪਿਆਰ ਵਧੂਗਾ ਮੇਰਾ ਉਹਦੇ ਨਾਲ? ਫਿਰ ਤੈਨੂੰ ਇੰਨੀ ਕਿੱਥੇ ਅਸੀਂ ਪਤਾ ਨੀ? ਚੰਗਾ ਚੰਗਾ ਭਰਾਵਾ ਆ ਆ ਅਸੀਂ ਇਹਦੇ ਵਿੱਚੋਂ ਜਾਣੀ ਮੈਂ ਕਹਿੰਦਾ ਅਸੀਂ ਕੱਢਣਾ ਚਾਹੁੰਦੇ ਆ ਕਿ ਨਹੀਂ? ਹੁਣ ਗੁਰਬਾਣੀ ਦੇ ਅਰਥ ਇਤਿਹਾਸ ਹੁਣ ਸਾਨੂੰ ਅਗਲੇ ਪੁੱਛਦੇ ਵੀ 84 ਚ ਆਹ ਕਿੱਦਾਂ ਕਹਿ ਦਿੱਤਾ ਵੀ ਉਹ ਗੱਲਾਂ ਨੇ ਕੀ ਸਵਾਰਨਾ ਯਾਰ ਸਾਡਾ? ਸੁਖਮਨੀ ਸਾਹਿਬ ਦੇ ਅਰਥ ਕੀ ਕਰੂਗੇ ਸਾਡੇ ਲਈ? ਮੈਂ ਨਾ
ਉੱਥੇ ਸਕੂਲ ਜੀ ਜਿੱਥੇ ਮੇਰਾ ਮੁੰਡਾ ਪੜ੍ਹਦਾ ਜੀ, ਉੱਥੇ ਪ੍ਰਿੰਸੀਪਲ ਰਿਟਾਇਰ ਹੋਈ ਆ। ਹਾਂਜੀ। ਤੇ ਨਵੀਂ ਪ੍ਰਿੰਸੀਪਲ ਆਈ, ਮੈਂ ਉਹਦੀ ਸਪੀਚ ਸੁਣੀ ਜੀ। ਉਹ ਕਹਿੰਦੀ ਪਈ, ਮੈਂ ਨਾ ਕਹਿੰਦੀ ਜਦੋਂ ਸਕੂਲ ਚ ਆ ਕੇ ਦੇਖਿਆ ਇਹਦੀ ਖਾਸੀਅਤ ਕੀ ਸੀ, ਪੇ ਕਲਾਸਰੂਮ ਦੇ ਵਿੱਚ ਜਿਹੜੇ ਬੱਚਿਆਂ ਦਾ ਬਿਹੇਵੀਅਰ ਆ ਨਾ ਉਹ ਬਹੁਤ ਵਧੀਆ ਸੀ ਜੀ। ਪੇ ਆਮ ਕਰਕੇ ਕੀ ਹੁੰਦਾ ਸਕੂਲਾਂ ਵਿੱਚ ਜਿਹੜੀ ਐਜੂਕੇਸ਼ਨ ਆ ਹਾਂਜੀ, ਉਹ ਦੇਣ ਦਾ ਜਿਹੜਾ ਟਾਈਮ ਆ ਉਹ ਬਿਹੇਵੀਅਰ ਮੈਨੇਜਮੈਂਟ ਦੇ ਉੱਤੇ ਲੱਗ ਜਾਂਦਾ। ਅੱਛਾ ਜੀ। ਸਕੂਲੇ ਬੱਚੇ ਭੇਜੇ ਜਾਂਦੇ ਆ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਜੀ, ਪਰ ਉਹ ਐਜੂਕੇਸ਼ਨ ਦੇਣ ਵਾਲਾ ਟਾਈਮ ਆ ਜਿਹੜਾ ਉਹਨਾਂ ਦਾ ਵਿਹਾਰਕ ਪੱਖ ਸੁਧਾਰਨ ਦੇ ਉੱਤੇ ਲੱਗ ਜਾਂਦਾ ਸਾਰਾ। ਠੀਕ ਆ। ਪੇ ਮੈਨੂੰ ਇੱਥੇ ਆ ਕੇ ਇਹ ਲੱਗਿਆ ਪੇ ਵਿਹਾਰਕ ਪੱਖ ਇਹਨਾਂ ਦਾ ਬੜਾ ਮਜ਼ਬੂਤ ਆ ਜੀ, ਜਿਸ ਕਰਕੇ ਟੀਚਰਾਂ ਦਾ ਟਾਈਮ ਆ ਜਿਹੜਾ ਉਹ ਸਿਲੇਬਸ ਪੂਰਾ ਕਰਨ ਦੇ ਉੱਤੇ ਲੱਗਾ ਆ, ਪੇ ਇਹਨਾਂ ਨੂੰ ਐਜੂਕੇਸ਼ਨ ਦੇ ਕੇ ਪੜ੍ਹਾਈ ਦੇ ਕੇ ਗਾਹਾਂ ਤੋਰਿਆ ਜਾਵੇ ਜੀ। ਹੈਨਾ। ਮੈਨੂੰ ਆਪਣੀ ਕੌਮ ਦਾ ਚੇਤਾ ਆ ਗਿਆ। ਹੁਣ ਅਸੀਂ ਅਸੀਂ ਕੀ ਕਰ ਰਹੇ ਹਾਂ, ਵਿਹਾਰਕ ਪੱਖ ਤਾਂ ਬਹੁਤ ਕਮਜ਼ੋਰ ਆ ਹਨਾ, ਤੇ ਅਸੀਂ ਦੇਈ ਜਾਂਦੇ ਐਜੂਕੇਸ਼ਨ ਤੇ ਗੁਰਬਾਣੀ ਦੇ ਅਰਥ ਆ ਆ, ਸੁਖਣੀ ਸਿਹਾਰੀਆਂ ਇੱਦਾਂ ਆ, ਆਹ ਇੱਦਾਂ ਆ, ਘੋਟਾ ਲੱਗੀ ਜਾਂਦਾ ਆ। ਵਿਹਾਰਕ ਪੱਖ ਜਿਹੜਾ ਆ ਉਹ ਕਿੰਨਾ ਕਿੰਨਾ ਕਮਜ਼ੋਰ ਆ ਸਾਡਾ, ਚਾਹੀਦਾ ਪਹਿਲਾਂ ਵਿਹਾਰਕ ਪੱਖ, ਬਸ ਉਹ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਆ। ਠੀਕ ਹੈ ਜੀ। ਚਲੋ ਧੰਨਵਾਦ ਜੀ। ਹੁਣ ਅਸੀਂ ਸਾਨੂੰ ਗਿਆਨੀ ਲਖਵੀਰ ਸਿੰਘ ਹੁਣਾਂ ਨਾਲ ਕਾਲ ਜਿਹੜੀ ਆ ਉਹ ਕਰਨੀ ਜ਼ਰੂਰੀ ਆ ਸਾਨੂੰ, ਤੇ ਬਾਕੀ ਹੁਣ ਕੋਲਾਂ ਦਾ ਜਿਹੜਾ ਆ ਉਹ ਪੈ ਗਿਆ ਚੱਕਰ ਸਾਨੂੰ, ਸਾਤੋਂ ਨਹੀਂ ਲਈ ਗਈ ਕੋਈ ਵੀ, ਮਾਫ਼ ਕਰਨਾ। ਤੇ ਬੁੱਧਵਾਰ ਨੂੰ ਆਪਾਂ, ਕਿਉਂਕਿ ਹੁਣ ਗਿਆਨੀ ਜੀ ਹੋਰਾਂ ਨੇ ਜਿਹੜਾ ਟਾਈਮ ਲਾਉਣਾ, ਅਜੇ 5 ਮਿੰਟ ਬ੍ਰੇਕ ਤੇ ਵੀ ਲੰਘ ਜਾਣੇ ਆ, 45 ਮਿੰਟ ਬਚਣੇ ਆ, ਤੇ ਉਹਨਾਂ ਨਾਲ ਗੱਲ ਜਿਹੜੀ ਆ ਉਹੀ ਪੂਰੀ ਹੋ ਸਕਣੀ ਆ, ਤੇ ਖਿਮਾ ਚਾਹਾਂਗੇ ਸਰੋਤਿਆਂ ਤੋਂ ਜੇ ਬਾਅਦ ਵਿੱਚ 5-7 ਮਿੰਟ ਬਚੇ ਸਾਡੇ ਕੋਲ, ਤੇ ਅਸੀਂ ਆਨ ਏਅਰ ਤੁਹਾਨੂੰ ਉਸ ਵੇਲੇ ਦੱਸ ਦਿਆਂਗੇ, ਜਿਹੜੀ ਕੋਈ ਜ਼ਰੂਰੀ ਗੱਲ ਹੋਈ ਤੁਸੀਂ ਕਰ ਲਿਓ। ਤੇ ਆਓ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਨੂੰ ਕਿੱਦਾਂ ਕਹਿੰਦੇ ਹੁੰਦੇ ਆ, ਟੱਕਰਦੇ ਹਾਂ। ਹਾਂਜੀ। ਹੈਂ। ਹਾਂਜੀ। ਬ੍ਰੇਕ ਤੋਂ ਬਾਅਦ ਟੱਕਰਦੇ ਹਾਂ। ਠੀਕ ਹੈ ਜੀ।